ਸਸ਼ਕਾਲਟੀ ਲਿਵਿੰਗ ਇਨ న్యూਸ ਦੇਖ ਰਹੀ ਦਰਸ਼ਕਾਂ ਦਾ ਮੈਂ ਨੂਰ ਵਰਚੋਤ ਕਰਦੀ ਹਾਂ ਸਵਾਗਤ ਹੈ ਅੱਜ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹੋ ਗਈਆਂ ਜੀ ਵੀਜ਼ਾ ਲਾਈਵ ਸ਼ੋਅ ਕੈਨੇਡਾ ਜਾਣਾ ਹੈ ਹੁਣੇ ਤੁਸੀਂ ਪਲੱਸ 2 ਕੀਤੀ ਹੈ ਕਿੰਨੇ ਨੰਬਰ ਹੈ ਕਿਵੇਂ ਜਾਣਾ ਹੈ ਸਾਰੇ ਦਿਮਾਗ ਤੇ ਵਿੱਚ ਗੱਲਾਂ ਜਿਹੜੀਆਂ ਕਨਫਿਊਜ਼ ਹੋ ਜਾਂਦੇ ਆ ਸੀ ਕਿੱਥੋਂ ਵੀਜ਼ਾ ਲਵਾਈਏ ਸਹੀ رائے ਨਹੀਂ ਕੋਈ ਦੇਣ ਵਾਲਾ ਹੁੰਦਾ ਪਰ ਡੋਨਟ ਵਰੀ ਅੱਜ ਤੁਸੀਂ ਇਸ ਸ਼ੋਅ ਨੂੰ ਐਂਡ ਤੱਕ ਦੇਖਣਾ ਥੋੜੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਸਾਡੇ ਨਾਲ ਵੀਬੀ ਵੀਜ਼ਾ ਕੰਸਲਟੈਂਟ ਤੋਂ ਮੌਜੂਦ ਨੇ ਅਮਿਤ ਬੁੰਦੇਲਾ ਜੀ ਸਵਾਗਤ ਹੈ ਜੀ ਪਹਿਲਾਂ ਤਾਂ ਤੁਹਾਡਾ ਸਾਸ਼ੀ ਗਾਲ ਨੂੰ ਤੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਾਸਾ ਸਤਿ ਸ੍ਰੀ ਅਕਾਲ। ਸੋ ਪਹਿਲਾਂ ਆ ਜਾਣਕਾਰੀ ਲਈ ਇੰਟਰੋਡਕਸ਼ਨ ਤੁਹਾਡੇ ਨਾਲ ਜਰੂਰ ਸਾਂਝੀ ਕਰਨਾ ਚਾਹਾਂਗੇ। ਆ 16 ਸਾਲਾਂ ਤੋਂ ਰਜਿਸਟਰਡ ਕੰਪਨੀ ਹੈ ਜੀ ਲਗਾਤਾਰ ਵੀਜ਼ੇ ਲਗਵਾ ਰਹੇ ਨੇ ਸਕਸੈਸਫੁਲ ਹੋਏ ਨੇ। ਕਾਫੀ ਅੱਛਾ ਇਹਨਾਂ ਦਾ ਮਾਰਕੀਟ ਦੇ ਵਿੱਚ ਨਾਮ ਹੈ ਔਰ ਮੇਨ ਸਾਡਾ ਇਹੀ ਮੋਟਿਵ ਹੈ ਕਿ ਤੁਸੀਂ ਗਲਤ ਚੱਕਰਾਂ ਦੇ ਵਿੱਚ ਨਾ ਆਓ ਵੀਜ਼ੇ ਨਾਲ ਰਿਲੇਟਡ ਜੋ ਬੱਚੇ ਜਿਨ੍ਹਾਂ ਨੇ ਹੁਣ +2 ਕੀਤੀ ਹੈ ਜੀ ਜੋ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਜਿਹੜੇ ਖੁੱલ્લા ਮੌਕੇ ਤੁਸੀਂ ਆਪਣੇ ਸਵਾਲ ਰੱਖ ਸਕਦੇ ਹੋ। ਤੁਸੀਂ ਸਕਰੀਨ ਤੇ ਨੰਬਰ ਦਿੱ ਆਪਣੇ ਸਵਾਲ ਜਿਹੜੇ ਪੁੱਛ ਸਕਦੇ ਹੋ ਜਵਾਬ ਹੋਰ ਇਸੇ ਦੇ ਨਾਲ ਹੀ ਅਸੀਂ ਆ ਅਲਮਿੰਗ ਇੰਡੀਆ ਦੇ ਆ ਵੈਬ ਪੇਜ ਤੇ ਫੇਸਬੁੱਕ ਪੇਜ ਤੇ ਆ ਰਿਹਾ YouTube ਤੇ ਵੀ ਲਾਈਵ ਆ ਸੋ ਤੁਸੀਂ ਸਾਨੂੰ ਉੱਥੇ ਵੀ ਕਮੈਂਟ ਕਰ ਸਕਦੇ ਹੋ ਫੋਨ ਨੰਬਰ ਦਿੱਤਾ ਹੋਇਆ ਫੋਨ ਕਰ ਸਕਦੇ ਹੋ ਔਰ ਆਪਣੀ ਸਾਰੀ ਜਿਹੜੀ ਵੀ ਤੁਹਾਡੇ ਦਿਮਾਗ ਤੇ ਵਿੱਚ ਸਵਾਲ ਨੇ ਜੋ ਵੀ ਹੈ ਸਾਰਾ ਜਿਹੜਾ ਸਾਡੇ ਤੋਂ ਪੁੱਛ ਸਕਦੇ ਹੋ ਸੋ ਸਾਡੇ ਨਾਲ ਸਵਾਲਾਂ ਦੇ ਜਵਾਬ ਦੇਣ ਦੇ ਲਈ ਅਮਿਤ ਜੀ ਇਸ ਵੇਲੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਔਰ ਪਹਿਲਾ ਸਵਾਲ ਤੇ ਹੀ ਹੋਏਗਾ ਜੀ ਅੱਜ ਇਸ ਤਰ੍ਹਾਂ ਹੁਣ ਬੱਚਿਆਂ ਦੇ ਰਿਜ਼ਲਟ ਆਏ ਨੇ ਜੀ ਬਿਲਕੁਲ ਪਲਸ 2 ਦੇ ਤਾਂ ਕੀ ਵੀਜ਼ੇ ਦਾ ਕੀ ਸਿਸਟਮ ਆ ਲੇਕ ਜਿਵੇਂ ਹੁਣ ਕੈਨੇਡਾ ਦੇ ਵਿੱਚ ਬੱਚੇ ਨੇ ਜਾਣਾ ਤਾਂ ਕੀ ਅਵੇਲੇਬਿਲਟੀ ਹੈ ਇਸ ਜੀ ਦੇਖੋ ਹੁਣ ਇਨਟੇਕ ਤਾਂ ਬੱਚਿਆਂ ਨੂੰ ਜਨ ਇਨਟੇਕ ਹੀ ਮਿਲੇਗਾ ਸੈਪਟੈਂਬਰ ਇਨਟੇਕ ਆਲਮੋਸਟ ਆਲਮੋਸਟ ਫਿਨਿਸ਼ ਹੋ ਚੁੱਕਿਆ ਹੈ ਔਰ ਜਸ ਜਿਵੇਂ ਕਿ ਤੁਹਾਨੂੰ ਪਤਾ ਹੁਣੇ ਰਿਜ਼ਲਟ ਆਇਆ ਤਾਂ ਸੈਪਟੈਂਬਰ ਇਨਟੇਕ ਇਸ ਟਾਈਮ ਪੋਸੀਬਲ ਨਹੀਂ ਜੇ ਤੁਹਾਨੂੰ ਕੋਈ ਕਹਿੰਦਾ ਵੀ ਹੈ ਕਿ ਮੈਂ ਸੈਪਟੈਂਬਰ ਇਨਟੇਕ ਦਿਲਾ ਦਾਂਗਾ ਤਾਂ ਕੋਈ ਪੋਸੀਬਿਲਿਟੀ ਨਹੀਂ ਹੈ ਫਿਰ ਬਾਅਦ ਇਹੀ ਕਹਿ ਦਿੱਤਾ ਜਾਂਦਾ ਹੈ ਕਿ ਡੈਫਰ ਹੋ ਗਿਆ ਜਾਂ ਕੁਝ ਇਸ ਤਰ੍ਹਾਂ ਬਟ ਜਨ ਇਨਟੇਕ ਹੁਣ ਸਾਨੂੰ ਅਵੇਲੇਬਲ ਰਹੇਗਾ ਔਰ ਜਨ ਇਨਟੇਕ ਲਈ ਹੀ ਬੱਚਿਆਂ ਨੂੰ ਹੁਣ ਤਿਆਰੀ ਕਰਨੀ ਚਾਹੀਦੀ ਹੈ ਜੇ ਇਹ ਇਨਟੇਕ ਮਿਸ ਹੋ ਗਿਆ ਉਸ ਤੋਂ ਬਾਅਦ ਮਈ ਇਨਟ ਸੋ ਉੱਥੀ ਜੀ ਗੱਲ ਕਰ ਲਈਏ ਤਾਂ ਕਾਫੀ ਹੁਣ ਨੰਬਰਸ ਵੀ ਹੁੰਦੇ ਨੇ ਜਿਵੇਂ ਰਿਜ਼ਰਟ ਦੇ ਵਿੱਚ ਕਈ ਬੱਚਿਆਂ ਦੇ ਲਾਈਕ ਮੰਨ ਲਓ ਵੀ 40% ਨੰਬਰ ਆ 50% ਨੰਬਰ ਆ ਕਿ +2 ਬੱਚੇ ਨੇ ਜੇ ਕੀਤੀ ਹੈ ਤਾਂ ਕਿੰਨੇ ਪਰਸੈਂਟ ਨੰਬਰ ਤੇ ਅਸੀਂ ਵੀਜ਼ਾ ਅਵੇਲੇਬਲ ਕਰਾਉਨੇ ਆ ਬੱਚੇ ਨੂੰ 50% ਦੀ ਤਾਂ ਨੂਰ ਮਿਨੀਮਮ ਰਿਕੁਆਇਰਮੈਂਟ ਹੈਗੀ ਹੈ 50% ਤਾਂ ਨੰਬਰ ਸਾਨੂੰ ਚਾਹੀਦੇ ਹੀ ਚਾਹੀਦੇ ਆ ਤੇ ਬੈਂਡ ਰਿਕੁਆਇਰਮੈਂਟ ਦੀ ਮੈਂ ਤੁਹਾਨੂੰ ਦੱਸਦਾ ਤੁਸੀਂ ਪੁੱਛਿਆ ਨਹੀਂ ਬਟ 6 ਈਚ ਬੱਚਿਆਂ ਨੂੰ ਚਾਹੀਦੇ ਚਾਹੀਦੇ ਜਿਹੜੇ ਬੱਚਿਆਂ ਨੇ ਹੁਣ +2 ਕੀਤੀ ਹੈ ਸ਼ਾਇਦ ਇੰਨੀ ਨੋਲੇਜ ਨਹੀਂ ਹੋਣੀ 6 ਈਚ ਲੋ 50% ਤੋਂ ਵੱਧ ਨੰਬਰ ਹੈ ਵੀਜ਼ਾ ਆਜ਼ ਤਾਂ ਉੱਥੀ ਜੀ ਗੱਲ ਕਰ ਲਈਏ ਤਾਂ ਬੱਚਿਆਂ ਦੇ ਕੁਝ ਇਸ ਤਰ੍ਹਾਂ ਦੇ ਵੀ ਸਵਾਲ ਹੁੰਦੇ ਨੇ ਕਹਿੰਦੇ ਨੇ ਕਿ ਅਸੀਂ ਆਇਲਸ ਨਹੀਂ ਕਰਨੀ ਹੈਗੀ ਆਇਲਸ ਤੋਂ ਹਊਗਾ ਬਣਾਇਆ ਹੋਇਆ ਡਰਦੇ ਨੇਗੇ ਕਿ ਆਇਲਸ ਤੋਂ ਬਿਨਾਂ ਜੇ ਸਾਨੂੰ ਕਹਿੰਦੇ ਬਣੀ ਬਣਾਈ ਖੀਰ ਮਿਲ ਜੇ ਕਿ ਸਿੱਧੇ ਹੀ ਬਿਨਾ ਬੈਂਡਾਂ ਤੋਂ ਸਾਡਾ ਵੀਜ਼ਾ ਲੱਗ ਜੇ ਤੇ ਉਹਦਾ ਕੀ ਪ੍ਰੋਸੀਜਰ ਆ ਆਪਾਂ ਪ੍ਰੋਵਾਈਡ ਕਰਾਉਣੇ ਇਦਾਂ ਦੇ ਵੀਜ਼ੇ ਦੇਖੋ ਮੈਨੂੰ ਵੀ ਦਿਨ ਚ ਘੱਟ ਤੋਂ ਘੱਟ ਨਹੀਂ ਤਾਂ 10 15 ਐਸੇ ਫੋਨ ਸਾਨੂੰ ਆਉਂਦੇ ਨੇ ਕਿ ਸਰ ਬਿਨਾ ਆਇਲਸ ਤੋਂ ਅਸੀਂ ਕਿਸ ਤਰ੍ਹਾਂ ਕੈਨੇਡਾ ਸਟੱਡੀ ਵੀਜ਼ਾ ਤੇ ਜਾ ਸਕਦੇ ਹਾਂ ਦੇਖੋ ਆਇਲਸ ਤੋਂ ਬਗੈਰ ਤੁਸੀਂ ਜਾ ਸਕਦੇ ਹੋ ਪੀਟੀ ਕਰਨੋ ਜੀ ਹੋਰ ਬਹੁਤ ਸਾਰੇ ਕੋਰਸਿਸ ਹੈਗੇ ਇੰਗਲਿਸ਼ ਦੇ ਉਹ ਤੁਸੀਂ ਕਰ ਸਕਦੇ ਹੋ ਬਟ ਪੀਟੀ ਦੇ ਨਾਲ ਪੀਟੀ ਦੇ ਨਾਲ ਤੁਸੀਂ ਜਾ ਸਕਦੇ ਹੋ ਆਇਲਟ ਤੁਸੀਂ ਕਰਨੀ ਹੈ 6 ਬੈਂਡ ਹੀ ਚਾਹੀਦੇ ਬਟ ਆਇਲਟ ਤੋਂ ਬਗੈਰ ਇੰਪੋਸੀਬਲ ਸੋ ਇੱਥੇ ਇੱਕ ਵਾਰ ਫਿਰ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਸਕਰੀਨ ਤੇ ਨੰਬਰ ਦਿੱਤੇ ਨੇ ਤੁਸੀਂ ਆਪਣੇ ਸਵਾਲ ਚਾਹੀ ਤੁਹਾਡਾ ਬੱਚਾ ਜਾ ਰਿਹਾ ਹੈ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਜਾ ਚਾਹੀ ਤੁਸੀਂ ਖੁਦ ਹੀ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਦੇ ਉੱਪਰ ਨੰਬਰ ਦਿੱਤੇ ਨੇ ਫੋਨ ਕਰਕੇ ਆਪਣੀ رائے ਜਿਹੜੀ ਹੈ ਸਾਂਝੀ ਕਰ ਸਕਦੇ ਹੋ ਲਗਾਤਾਰ ਤੁਹਾਡੇ ਨਾਲ ਜੁੜੇ ਹੋਏ ਹਾਂ ਔਰ ਤੁਹਾਡੇ ਸਹੀ ਫਿਊਚਰ ਦੇ ਲਈ ਅਸੀਂ ਗੱਲਬਾਤ ਕਰਦੇ ਹਾਂ ਇਹਦੇ ਨਵਾਂ ਸ਼ੋਅ ਲੈ ਕੇ ਆਉਣੇ ਆਗੇ ਔਰ ਬਾਕੀ ਜੇ ਗੱਲ ਕਰ ਰਹੇ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਬਰਨਾਲੇ ਦੇ ਵਿੱਚ ਪਟਿਆਲਾ ਦੇ ਵਿੱਚ ਆਫਿਸ ਹੈ ਔਰ ਉੱਥੇ ਜੇ ਗੱਲ ਕਰਨ ਲਈ ਮੁਹਾਲੀ ਤੇ ਬਠਿੰਡਾ ਦੇ ਵਿੱਚ ਬਠਿੰਡੇ ਵਾਲੇ ਜਾ ਸਕਦੇ ਨੇ ਬਰਨਾਲੇ ਵਾਲੇ ਜਿਨ੍ਹਾਂ ਨੇ ਵੀ ਜਾਣਿਆ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ ਬਕਾਇਦਾ ਤੁਸੀਂ ਆਫਿਸ ਦੇ ਨੰਬਰ ਤੇ ਵੀ ਜਿਹੜੀ ਹੈ ਕਾਲ ਕਰ ਸਕਦੇ ਹੋ ਤੇ ਮੁਹਾਲੀ ਦੇ ਵਿੱਚ ਮੈਂ 6 ਦਿਨ ਤੁਹਾਨੂੰ ਅਵੇਲੇਬਲ ਰਹਾਗਾ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਮੈਂ ਤੁਹਾਨੂੰ ਮੁਹਾਲੀ ਮਿਲਾਂਗਾ ਸੋ ਸਰ ਉੱਥੇ ਹੁਣ ਤੁਸੀਂ ਪੀਟੀਈ ਦੀ ਗੱਲ ਕੀਤੀ ਸੀਗੀ ਪੀਟੀ ਕਹਿੰਦੇ ਨੇ ਕਿ ਸੌਖੀ ਐਸ ਕਰਕੇ ਬੱਚੇ ਕਰ ਲੈਂਦੇ ਨੇ ਪਰ ਕਿਤੇ ਨਾ ਕਿਤੇ ਇਹਦੇ ਵੀਜ਼ਾ ਰੇਟ ਘਟ ਜਾਂਦੇ ਨੇ ਫਾਈਲ ਰਿਜੈਕਟ ਹੋ ਜਾਂਦੀ ਹੈ ਬਿਲਕੁਲ ਇਹ ਬਿਲਕੁਲ ਸਹੀ ਗੱਲ ਹੈ ਆਇਲਟਸ ਦੇ ਨਾਲ ਦੇਖੋ ਜਿਵੇਂ ਮੈਂ ਕਿਹਾ ਕਿ 6 ਇਚ ਅਗਰ ਤੁਹਾਡੇ ਆਗੇ ਵੀਜ਼ਾ ਦੀ ਆਲਮੋਸਟ ਆਲਮੋਸਟ ਗਰੰਟੀ ਹੋ ਗਈ ਤੁਹਾਡੀ ਬਟ ਪੀਟੀ ਦੇ ਨਾਲ ਜੇ ਉੱਥੇ 90% ਹੈਗਾ ਤੁਹਾਡਾ ਚਾਂਸਿਸ ਤਾਂ ਇੱਥੇ 50 ਤੋਂ 60% ਰਹਿ ਜਾਏਗਾ ਹਾਂ ਪੀਟੀ ਦੇ ਵਿੱਚ ਵੀ ਜੇ ਤੁਹਾਡਾ ਸਕੋਰ ਅੱਛਾ ਹੈ 70 ਤੋਂ ਉੱਪਰ ਸਕੋਰ ਹੈਗਾ ਤਾਂ ਫਿਰ ਤੁਸੀਂ ਕਿਤੇ ਨਾ ਕਿਤੇ ਆਇਲਟਸ ਦੇ ਸਾਹਮਣੇ ਖੜੇ ਹੁੰਦੇ ਹੋ ਬਟ ਡੈਫੀਨੇਟਲੀ ਆਇਲਟਸ ਬੈਟਰ ਹੈਗੀ ਪੀਟੀ ਨਾਲੋਂ ਹਾਂ ਤੇ ਬਿਲਕੁਲ ਜਿਵੇਂ ਹੁਣ ਆਇਲਟਸ ਦੀ ਆਇਲਸ ਕਹਿੰਦੇ ਵੀ ਔਖੀ ਲੱਗਦੀ ਹੈ ਸਾਨੂੰ ਜੀ ਫਰਕ ਕਿੰਨਾ ਕੁ ਰਹਿ ਜਾਂਦਾ ਹੈ ਮਤਲਬ ਕਿੰਨਾ ਕੁ ਫਰਕ ਹੈ ਨਾ ਦੋਨਾਂ ਦੇ ਵਿੱਚ ਜੇ ਦੇਖਿਆ ਜਾਵੇ ਜੇ ਕਹਿੰਨੇ ਆ ਤਾਂ ਵੀਜ਼ੇ ਦਾ ਰੇਟ ਉੱਥੇ ਫਾਇਦਾ ਇਹ ਹੈ ਕਿ ਜੇ ਅਸੀਂ ਆਇਲਸ ਕਰ ਲਾਂਗੇ ਥੋੜਾ ਔਖੇ ਹੋ ਜਾਾਂਗੇ ਤਾਂ ਵੀਜ਼ੇ ਦਾ ਰੇਟ ਵੀ ਸੌਖਾ ਲੱਗ ਜਾਂਦਾ ਹੈ ਆਪਣਾ ਜੀ ਦੇਖੋ ਮੈਂ ਤਾਂ ਇਹ ਤੁਹਾਨੂੰ ਪਹਿਲੇ ਹੀ ਕਹਿ ਰਿਹਾ ਕਿ ਆਇਲਸ ਦੇ ਨਾਲ ਵੀਜ਼ਾ ਦੀ ਗਾਰੰਟੀ ਹੈਗੀ ਆਲਮੋਸਟ ਬਟ ਕਈ ਸਟੂਡੈਂਟ ਐਸੇ ਜਿਨ੍ਹਾਂ ਕੋਲ ਆਇਲਸ ਹੁੰਦੀ ਨਹੀਂ ਤਿੰਨ ਤਿੰਨ ਚਾਰ ਚਾਰ ਵਾਰ ਦੇ ਚੁੱਕੇ ਐਗਜ਼ਾਮ ਨਹੀਂ ਹੋ ਪਾਰਿਆ ਬਟ ਉਹਨਾਂ ਨੇ ਕੀ ਕਰਨਾ ਹੁਣ ਪੀਟੀ ਕਰ ਲੈਣ ਐਟ ਲੀਸਟ ਫਾਈਲ ਲ ਔਰ ਪੀਟੀ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕਿਹਾ ਕਿ 50% ਤੋਂ ਜ਼ਿਆਦਾ ਸਕਸੈਸ ਰੇਟ ਹੈ ਜੇ ਤੁਹਾਡਾ ਪੀਟੀ ਦੇ ਵਿੱਚ ਸਕੋਰ ਅੱਛਾ ਆ ਜਾਂਦਾ ਤਾਂ ਕਿਤੇ ਨਾ ਕਿਤੇ ਆਇਲਟ ਦੇ ਸਾਹਮਣੇ ਤੁਸੀਂ ਖੜੇ ਹੋ ਤਾਂ ਡੈਫੀਨੇਟਲੀ ਉਹ ਵੀ ਤੁਹਾਨੂੰ ਫਾਇਦੇਮੰਦ ਹੈਗੀ ਆ ਬਟ ਫੇਰ ਕਵਾਂਗਾ ਆਇਲਟਸ ਅਗਰ ਕਰ ਸਕਦੇ ਹੋ ਤਾਂ ਉਸਤੇ ਲਈ ਜਾਓ ਆਇਲਟs ਜ਼ਿਆਦਾ ਜ਼ਰੂਰੀ ਹੈ ਕਿ ਆਇਲਟs ਤੁਸੀਂ ਕਰ ਸਕਦੇ ਹੋ ਤਾਂ ਸੌਕੇ ਰਹੋਗੇ ਸੋ ਸਾਡੇ ਨਾਲ ਕਾਲਰ ਜ਼ਰੂਰ ਜੁੜ ਚੁੱਕੇ ਨੇ ਸੋ ਕਾਲ ਅਟੈਂਡ ਕਰਨ ਦੀ ਕੋਸ਼ਿਸ਼ ਕਰਦੇ ਆ ਸਵਾਗਤ ਹੈ ਜੀ ਲਿਵਿੰਗ ਇੰਡੀਆ ਤੇ ਕੌਣ ਗੱਲ ਕਰ ਰਹੇ ਹੋ ਹਲੋ ਹਾਂਜੀ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਮਮ ਮੈਂ ਕਮੇਲ ਕੀਤੀ ਬੈਠਾ। ਕੋਈ ਕਿੱਥੋਂ ਗੱਲ ਕਰ ਰਹੇ ਤੁਸੀਂ? ਨੰਬਰ ਬਾਤੋ ਗੱਲ ਕਰ ਰਹੇ ਤੁਸੀਂ ਰੂਡ ਕੋਲ। ਢੀਰ ਬਾਤੋ ਕੀ ਸਵਾਲ ਹੈ ਤੁਹਾਡਾ? ਕੈਨੇਡਾ ਜਾਣਾ ਚਾਹੁੰਦੇ ਹੋ? ਆਪ ਮੈਮ ਹਾਂਜੀ ਮੈਮ। ਓਕੇ ਸਟੱਡੀ ਕਿੰਨੀ ਆ ਤੁਹਾਡੀ ਪਲੱਸ 2 ਹੋਣ ਕੀਤੀ ਹੈ? ਨਹੀਂ ਮਮ ਮੈਂ ਗ੍ਰੈਜੂਏਸ਼ਨ ਕੀਤੀ ਹੈ ਮੈਂ ਗ੍ਰਾਮ ਦਿੱਤੇ ਹੋਏ ਮੈਂ ਅੰਦਰ ਮਤਲਬ ਫ੍ਰੀ ਤੋਂ ਹੁੰਦੇ ਦੋਟਾ ਹੀ ਜਾਣੇ ਅਗਰ ਤੱਕ। ਜੀ।

ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਆਏਗੀ ਦੇਖੋ ਮੈਡੀਕਲ ਦੇ ਵਿੱਚ ਤਾਂ ਹੁੰਦਾ ਹੀ ਤਕਰੀਬਨ ਇਹ ਹੈ ਕਿ ਬੱਚੇ ਸਟਰੀਮ ਚੇਂਜ ਕਰ ਲੈਂਦੇ ਆ ਤੁਸੀਂ ਵੀ ਸਟਰੀਮ ਚੇਂਜ ਕੀਤੀ ਆ ਹੁਣ ਇਸੀ ਸਟਰੀਮ ਤੋਂ ਰਿਲੇਟਡ ਤੁਸੀਂ ਅੱਗੇ ਕੋਰਸ ਲੈਣਾ ਤੁਸੀਂ BCA ਕੀਤੀ ਹੈ MCA ਦੇ ਵਿੱਚ ਜਾ ਸਕਦੇ ਹੋ ਜਾਂ ਕੰਪਿਊਟਰ ਲਈ ਬਹੁਤ ਸਾਰੀ ਆਪਸ਼ਨ ਤੁਹਾਡੇ ਲਈ ਖੁੱਲੀਆਂ ਕੋਈ ਦਿੱਕਤ ਨਹੀਂ ਆਏਗੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਰ ਇੱਕ ਮਤਲਬ ਰਿਟਰਨਸ ਵਾਲਾ ਕਿਵੇਂ ਹੁੰਦਾ ਹੈ ਸੀਮ ਕਿ ਆਪਾਂ ਪਹਿਲਾਂ ਤੋਂ ਰਿਟਰਨਸ ਕਿਵੇਂ ਮੈਨੂੰ ਰਿਟਰਨਸ ਬਾਰੇ ਹੀ ਨਹੀਂ ਪਤਾ ਉਹ ਛੀ ਮੈਂ ਤੁਹਾਡੀ ਗੱਲ ਸਮਝ ਨਹੀਂ ਪਾਇਆ ਰਿਟਰਨਸ ਤੋਂ ਰਿਲੇਟਡ ਛੀ ਕਿਵੇਂ ਆਪਾਂ ਇਨ ਸਕਰੀ ਤੋਂ ਪੱਲਾਂ ਤੋਂ ਪੇ ਕਰਨੀ ਸ਼ੁਰੂ ਕਰਦੇ ਆ ਉਹ ਵੀ ਕੀ ਹੁੰਦਾ ਤੁਸੀਂ ਫੰਡ ਸੀ ਮੈਨੇਜਮੈਂਟ ਦੀ ਗੱਲ ਕਰ ਰਹੇ ਹੋ ਹਾਂ ਜੀ ਦੇਖੋ ਫੰਡ ਸੀ ਮੈਨੇਜਮੈਂਟ ਉਹ ਤਾਂ ਕਾਫੀ ਲੰਬਾ ਸਬਜੈਕਟ ਹੋ ਜਾਏਗਾ ਹਾਂ ਫਾਈਨੈਂਸ਼ੀਅਲ ਤਾਂ ਤੁਹਾਨੂੰ ਡੈਫੀਨਿਟਲੀ ਚਾਹੀਏ ਤੁਸੀਂ ਨਾਲ ਨਾਲ ਆਇਟਸ ਵੀ ਕਰ ਰਹੇ ਹੋ ਯਸ ਜੀ ਮੈਂ ਪ੍ਰੋਪਸਟ ਕਰ ਰਹੀ ਹਾਂ ਮੈਂ ਨਾ ਪਲਾਨ ਕਰਿਆ ਕਿ ਮੈਂ ਅਗਸਤ ਤੱਕ ਐਗਜ਼ਾਮ ਦੇ ਦੇਖੋ ਆਇਟਸ ਦੇ ਵਿੱਚ ਜਿਹੜਾ ਤੁਹਾਡਾ ਟਾਰਗੇਟ ਹੈਗਾ 6.5 ਬੈਂਡ ਦਾ ਉਸ ਤੋਂ ਬਾਅਦ ਤੁਸੀਂ ਜੀਆਈਸੀ ਭਰਨੇ ਆ ਰਿਟਰਨ ਵਾਲੀ ਚੀਜ਼ ਸਾਈਡ ਤੇ ਰਹੇਗੀ ਜੇ ਤੁਸੀਂ ਆਇਟਸ ਦੇ ਵਿੱਚ 6.5 ਬੈਂਡ ਲੈ ਲੈਂਦੇ ਹੋ GIC ਪਰ ਹੀ ਤੁਸੀਂ ਕੋਈ ਰਿਟਰਨਸ ਦੀ ਕੋਈ ਜ਼ਰੂਰਤ ਨਹੀਂ ਬਟ ਹਾਂ ਫਾਈਨੈਂਸ਼ਲੀ ਅਗਰ ਤੁਸੀਂ ਚਾਹਦੇ ਹੋ ਤਾਂ ਆਪਣੇ ਰਿਟਰਨਸ ਟਾਈਮ ਟੂ ਟਾਈਮ ਭਰੋ ਉਹ ਕੋਈ ਦਿੱਕਤ ਨਹੀਂ ਆਏਗੀ ਤੁਹਾਨੂੰ ਜੋ ਬਿਲਕੁਲ ਬਾਕੀ ਦੀ ਜਾਣਕਾਰੀ ਤੁਸੀਂ ਕਾਲ ਕਰਕੇ ਲੈ ਸਕਦੇ ਹੋ ਨੰਬਰ ਅਸੀਂ ਮੈਂਸ਼ਨ ਕੀਤਾ ਹੋਇਆ ਹੈ ਔਰ ਬਾਕੀ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਆਫਿਸ ਦੇ ਵਿੱਚ ਜਿਸ ਤਰ੍ਹਾਂ ਮਹਾਲੀ ਦੇ ਵਿੱਚ ਅਸੀਂ ਬ੍ਰਾਂਚਸ ਦੱਸਿਆ ਨੇ ਬਠਿੰਡਾ ਤੋਂ ਆ ਬਰਨਾਲਾ ਤੋਂ ਔਰ ਪਟਿਆਲਾ ਤੋਂ ਤੁਸੀਂ ਉੱਥੇ ਵੀ ਜਾ ਸਕਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਾਲ ਤੇ ਜੁੜਨ ਦੇ ਲਈ ਸੋ ਇਹਨਾਂ ਦਾ ਸਵਾਲ ਇਸੇ ਤਰ੍ਹਾਂ ਸੀ ਜਿੱਦਾਂ ਕਿ ਗ੍ਰੈਜੂਏਸ਼ਨ ਦੀ ਇਹਨਾਂ ਨੇ ਗੱਲ ਕੀਤੀ ਹੈ ਕਿ ਗ੍ਰੈਜੂਏਸ਼ਨ ਤੋਂ ਬਾਅਦ ਬਾਹਰ ਜਾਣਾ ਕਿਤੇ ਨਾ ਕਿਤੇ ਬੱਚੇ ਇਸ ਗੱਲ ਤੋਂ ਕਨਫਿਊਜ਼ ਹੋ ਜਾਂਦੇ ਨੇ ਕਿ ਸਾਡਾ ਗੈਪ ਪੈ ਗਿਆ ਜੀ ਕਿ ਅਸੀਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ 3 ਸਾਲ ਤਕਰੀਬਨ 3-4 ਸਾਲ ਅਸੀਂ ਖ ਦੇਖੋ ਗ੍ਰੈਜੂਏਸ਼ਨ ਤੋਂ ਬਾਅਦ ਜਿਹੜਾ ਗੈਪ ਹੈਗਾ ਉਹ ਤਾਂ ਜਸਟੀਫਾਈਡ ਹੈ ਬਲਕਿ ਪਲੱਸ 2 ਤੋਂ ਬਾਅਦ ਗੈਪ ਜਸਟੀਫਾਈਡ ਨਹੀਂ ਹੈ ਗ੍ਰੈਜੂਏਸ਼ਨ ਤੋਂ ਬਾਅਦ ਬੰਦਾ ਨੌਕਰੀ ਵੀ ਕਰ ਸਕਦਾ ਹੈ ਜਾਂ ਕਰਦਾ ਹੀ ਹੈ ਹਰ ਬੰਦਾ ਦੇਖੋ ਗ੍ਰੈਜੂਏਟ ਹੋ ਗਿਆ ਤਾਂ ਕੁਛ ਨਾ ਕੁਝ ਜੌਬ ਵੀ ਕਰਦਾ ਉਸ ਚੀਜ਼ ਨਾਲ ਜਸਟੀਫਾਈ ਹੋ ਜਾਏਗਾ ਬਟ ਇੱਕ ਚੀਜ਼ ਨੋਟ ਕਰਨ ਵਾਲੀ ਹੈ ਕਿ ਗ੍ਰੈਜੂਏਸ਼ਨ ਤੋਂ ਬਾਅਦ ਜਿਹੜਾ ਸਾਨੂੰ ਬੈਂਡ ਸਕੋਰ ਚਾਹੀਦਾ ਉਹ 6.5 ਚਾਹੀਦਾ 6. 6.5 ਨੋਟ ਲੈਸ ਦਨ 6 ਚਾਹੀਦਾ ਇੱਕ ਫਰਕ ਆਏਗਾ ਦੋਨਾਂ ਦੇ ਵਿੱਚ ਸੋ ਇਹੀ ਗੱਲ ਦਾ ਇਸ਼ੂ ਜ਼ਿਆਦਾਤਰ ਗੱਲਾਂ ਸੁਣੀਆਂ ਨੇ ਕਿਉਂਕਿ ਕਾਫੀ ਡਰਦੇ ਨੇ ਕਹਿੰਦੇ ਨੇ ਇਹ ਵੀ ਗੱਲਾਂ ਸਾਹਮਣੇ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਬੈਂਡ ਜ਼ਿਆਦਾ ਲੈਣੇ ਪੈਂਦੇ ਨੇ ਤਾਂ ਉੱਤੇ ਕਰਕੇ ਦਿੱਕਤਾਂ ਨੇ ਤਾਂ ਬੱਚੇ ਫਿਰ ਸੌਖਾ ਤਰੀਕਾ ਲੱਭ ਲੈਂਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਬੈਂਡ ਅਰੇਂਜ ਕਰ ਲੇ ਜੀ ਆ ਜਿੱਦਾਂ ਨਾ ਆਈਐਲਟੀ ਹੁੰਦੀ ਸੋ ਇਸੇ ਤਰ੍ਹਾਂ ਚ ਬਾਕੀ ਫੰਡਸ ਦੀ ਇਹਨਾਂ ਨੇ ਗੱਲ ਕੀਤੀ ਹੈ ਫੰਡਸ ਦੀ ਗੱਲ ਕਰ ਲਈ ਤੇ ਕਿੰਨਾ ਕੁ ਫੰਡ ਆਪਾਂ ਨੂੰ ਸ਼ੋ ਕਰਨਾ ਪੈਂਦਾ ਜੇ ਆਪਾਂ ਜਾਣੇ ਆ ਕੈਨੇਡਾ ਦੇ ਲਈ ਦੇਖੋ ਜਿਸ ਤਰ੍ਹਾਂ ਮੈਂ ਦੱਸਿਆ ਸਟੂਡੈਂਟ ਨੂੰ ਵੀ ਦੱਸਿਆ ਮੈਂ ਕਿ ਤੁਸੀਂ ਜੀ ਜੇ ਅਜ ਦੀ ਡੇਟ ਦੇ ਵਿੱਚ ਜੇ ਅਸੀਂ ਅਗਰ ਵੀਜ਼ਾ ਦੀ ਸਕਸੈਸ ਦੇਖ ਲਈਏ ਗ੍ਰੈਜੂਏਸ਼ਨ ਤੋਂ ਬਾਅਦ ਤਾਂ ਸਾਨੂੰ ਫੰਡਸ ਵੀ ਆਪਣੇ ਸ਼ੋ ਕਰਨੇ ਪੈਣਗੇ ਤੇ ਬੜੀ ਅੱਛੀ ਚੀਜ਼ ਇਹਨਾਂ ਨੇ ਕੀਤੀ ਇਹ ਚੀਜ਼ ਬੜੀ ਅੱਛੀ ਇਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਆਈਟੀਆਰ ਆਪਣੇ ਕਿਸ ਤਰ੍ਹਾਂ ਕਰਨੇ ਤੋਂ ਆਈਟੀਆਰ ਦੀ ਪਲੈਨਿੰਗ ਸਾਨੂੰ ਪੂਰੀ ਚਾਹੀਦੀ ਹੈ ਆਪਣੇ ਫੰਡਸ ਦੀ ਨਾਲ ਪਲੈਨਿੰਗ ਚਾਹੀਦੀ ਹੈ ਅੱਜ ਤੋਂ ਹੀ ਪਲੈਨਿੰਗ ਤੁਸੀਂ ਸ਼ੁਰੂ ਕਰ ਦੋ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਏ ਉਹ ਬਾਕੀ ਜੀ ਵੀਜ਼ਾ ਨਾਲ ਰਿਗਾਰਡਿੰਗ ਅਸੀਂ ਗੱਲ ਕਰੀਏ ਤਾਂ ਇਨਟੇਕ ਇਸ ਵੇਲੇ ਤੁਸੀਂ ਦੱਸਿਆ ਕਿ ਸਤੰਬਰ ਅਗਸਤ ਦੇ ਵਿੱਚ ਨੇ ਜਨਵਰੀ ਦੇ ਜਨਵਰੀ ਦੇ ਤੋਂ ਇਨਟੇਕ ਦੱਸਦੇ ਨੇ ਤਾਂ ਇਹ ਵੀ ਕਹਿੰਦੇ ਨੇ ਕਿ 100% ਸ਼ੋਰ ਨੇ ਉਹ ਕਿਦਾਂ ਨਹੀਂ 100% ਸ਼ੋਰ ਦੇਖੋ ਮੈਂ ਤੁਹਾਨੂੰ ਕਿਹਾ ਜਿਹੜਾ ਆਪਣੀ ਕੰਪਨੀ ਦਾ ਮੈਂ ਸਕਸੈਸ ਰੇਟ ਦੱਸਾਂ ਐਸਡੀਐਸ ਕੈਟਾਗਰੀ ਦੇ ਵਿੱਚ ਜਿੰਨੇ ਵੀ ਸਾਡੇ ਐਪਲੀਕੇਸ਼ਨ ਲੱਗੇ ਸੀ 100% ਸਾਨੂੰ ਸਕਸੈਸ ਮਿਲੀ ਹੈਗੀ ਹੈ ਇਹ ਸਾਡਾ ਦਾਵਾ ਹੈਗਾ ਇਸ ਤੇ ਤੁਹਾਡੇ ਚੈਨਲ ਤੋਂ ਵੀ ਬੈਠ ਕੇ ਮੈਂ ਇਹ ਚੀਜ਼ ਗੱਲ ਕਰ ਰਿਹਾ ਤੁਹਾਡੇ ਨਾਲ ਸੋ ਸਕਸੈਸ ਰੇਟ ਤਾਂ 100% ਹੈਗੀ ਐਸਡੀਐਸ ਕੇਸ ਦੇ ਵਿੱਚ ਰਿਫਿਊਜ਼ਲਸ ਦੀ ਜੇ ਗੱਲ ਕਰ ਲਈਏ ਤਾਂ ਕਾਫੀ ਜੇ ਗੱਲ ਕਰ ਲਈਏ ਤਾਂ ਹੁਣ ਕੈਨੇਡਾ ਦੇ ਵੀਜ਼ੇ ਕਾਫੀ ਰਿਫਿਊਜ਼ ਹੋ ਰਹੇ ਨੇ ਕੰਪਨੀਆਂ ਬੁਲਾਉਂਦੀਆਂ ਨੇ ਬੱਚਿਆਂ ਨੂੰ ਔਰ ਬੜੀ ਹੋਪ ਦੇ ਨਾਲ ਬੱਚੇ ਕਹਿੰਦੇ ਨੇ ਸੋ ਇੱਕ ਕਾਲਰ ਨਾਲ ਗੱਲ ਬਾਤ ਜ਼ਰੂਰ ਕਰਨੀ ਚਾਹਾਂਗੇ ਕਾਲ ਆ ਰਿਹਾ ਸਵਾਲ ਆਪਣੀ ਅਸੀ ਤਰ੍ਹਾਂ ਜਾਰੀ ਰਹੇਗਾ ਸੋ ਸਵਾਗਤ ਹੈ ਜੀ ਲਿਵਿੰਗ ਇੰਡੀਆ ਤੇ ਕੌਣ ਗੱਲ ਕਰ ਰਹੇ ਹੋ ਹਲੋ ਹਾਂ ਜੀ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਲਾਪ੍ਰੀਤ ਲਾਪ੍ਰੀਤ ਜੀ ਗੱਲ ਕਰ ਰਹੇ ਲਾਪ੍ਰੀਤ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਤਾਂ ਤੇਨਾਂ ਗੱਲ ਕਰਦੇ ਸੀ ਤੁਸੀਂ ਮੈਂ 2021 ਵਿੱਚ ਗ੍ਰੈਜੂਏਸ਼ਨ ਪਾਸ ਆਂ ਐਂਡ ਮੇਰੇ 8 6 10 ਵਿੱਚ ਕਿੰਨਾ ਪ੍ਰੋਸੈਂਟ ਨਹੀਂ 6 6 ਈਚਾ ਤੁਹਾਡਾ 6 ਈਚਾ ਸਕੋਰ ਹਾਂਜੀ ਅਸੀਂ ਫ੍ਰੀਜ਼ਰ ਹੈ ਨਹੀਂ ਮੈਂ ਹੁਣੇ ਹੀ ਪਹਿਲੇ ਤੁਹਾਨੂੰ ਦੱਸਿਆ ਕਿ 6.5 ਸਕੋਰ ਤਾਂ ਤੁਹਾਨੂੰ ਚਾਹੀਦਾ ਹੀ ਚਾਹੀਦਾ ਉਸ ਤੋਂ ਬਾਅਦ ਤਾਂ ਤੁਹਾਨੂੰ ਸ਼ਾਇਦ ਆਫਰ ਲੈਟਰ ਵੀ ਨਹੀਂ ਆਏਗਾ ਔਰ ਜਾਏਗਾ ਤਾਂ ਫਿਰ ਸਕਸੈਸ ਨਹੀਂ ਮਿਲਣੀ ਤੁਸੀਂ ਆਪਣਾ ਸਕੋਰ ਜ਼ਰੂਰ ਇੰਪਰੂਵ ਕਰੋ 6 ਈਚ ਦੇ ਨਾਲ ਤੁਹਾਨੂੰ ਫਾਈਲ ਲਗਾਉਣ ਦਾ ਕੋਈ ਫਾਇਦਾ ਨਹੀਂ ਗ੍ਰੈਜੂਏਸ਼ਨ ਤੋਂ ਬਾਅਦ ਰਿਫਿਊਜ਼ਲ ਦੀ ਆਪਾਂ ਗੱਲ ਕਰ ਰਹੇ ਸੀਗੀ ਕਾਲ ਤਕਨੀਕੀ ਸਮੱਸਿਆ ਕਰਕੇ ਕੱਟ ਹੋ ਗਿਆ ਬਟ ਮੈਨੂੰ ਲੱਗਦਾ ਉਹਨਾਂ ਨੂੰ ਥੋੜਾ ਕਲੀਅਰ ਹੋ ਗਿਆ ਉਹਨਾਂ ਇਸ ਚੀਜ਼ ਦਾ ਜੀ ਬਿਲਕੁਲ ਆ ਰਿਫਿਊਜ਼ਲ ਦੀ ਗੱਲ ਸੀਗੀ ਬੱਚੇ ਸੋਚਦੇ ਨੇ ਕਿ ਚਲੋ ਵੀਜ਼ਾ ਲੱਗ ਜਾਊਗਾ ਪਰ ਰਿਫਿਊਜ਼ ਬਹੁਤ ਹੋ ਰਿਹਾ ਕੀ ਕਾਰਨ ਰਹਿ ਜਾਂਦਾ ਕਿ ਇਹ ਕੈਨੇਡਾ ਦਾ ਵੀਜ਼ਾ ਇਸ ਵਾਰ ਰਿਫਿਊਜ਼ ਜੀ ਦੇਖੋ ਹੁਣ ਮੈਂ ਆਪਣੇ ਮੂੰਹ ਤੋਂ ਆਪਣੀ ਤਾਰੀਫ਼ ਕਰਾਂਗਾ ਬਸ ਇਹ ਚੀਜ਼ ਚੰਗੀ ਨਹੀਂ ਲੱਗਦੀ ਬਟ ਆਪਣਾ ਸਕਸੈਸ ਰੇਟ ਐਸਡੀਐਸ ਕੇਸ ਦੇ ਵਿੱਚ 100% ਰਿਹਾ ਜੀ ਮਾਈ ਇਨਟੇਕ ਦੀ ਗੱਲ ਕਰ ਲਓ ਚਾਹੇ ਸੈਪਟੈਂਬਰ ਇਨਟੇਕ ਦੀ ਗੱਲ ਕਰੋ ਫਾਈਲ ਤੰਗ ਨਾਲ ਲਗਾਈਏ ਵਧੀਆ ਤਰੀਕੇ ਨਾਲ ਲਗਾਈਏ ਫਾਈਨੈਂਸ਼ੀਅਲ ਦੀ ਅਸੀਂ ਗੱਲ ਕੀਤੀ ਜੇ ਇਹ ਚੀਜ਼ਾਂ ਆਪਾਂ ਸਾਰੀ ਚੀਜ਼ਾਂ ਅੱਛੀ ਤਰ੍ਹਾਂ ਕੰਪਾਈਲ ਅਸੀਂ ਫਾਈਲ ਨੂੰ ਕਰਦੇ ਆ ਤਾਂ ਮੈਨੂੰ ਨਹੀਂ ਲੱਗਦਾ ਕਦੇ ਰਿਫਿਊਜ਼ਲ ਐਸਡੀਐਸ ਕੇਸ ਦੇ ਵਿੱਚ ਆ ਸਕਦੀ ਹੈ ਵੀਜ਼ੇ ਦਾ ਇੱਕ ਪ੍ਰੋਸੀਜਰ ਵੀ ਆ ਮੰਨ ਲਓ ਕਿ ਜੇ ਅਸੀਂ ਫਾਈਲ ਲਾਤੀ ਤੇ ਕਿੰਨੇ ਸਮੇਂ ਤੱਕ ਆਪਾਂ ਨੂੰ ਰਿਜ਼ਲਟ ਆ ਜਾਂਦਾ ਹੈ ਕਿ ਆਪਾਂ ਮਹੀਨਾ ਲਾ ਲੋ ਜਾਂ 2 ਮਹੀਨੇ ਕਈ ਤਾਂ ਕਹਿੰਦੇ ਟਾਈਮ ਹੀ ਬੜਾ ਲੱਗ ਜਾਂਦਾ ਵੀਜ਼ਾ ਆਉਂਦਾ ਨਹੀਂ ਕਦੇ ਚਾਂ ਚੱਕ ਵੀਜ਼ਾ ਆ ਜਾਂਦਾ ਤੇ ਬੈਗ ਪੈਕ ਕਰਨ ਦਾ ਵੀ ਟਾਈਮ ਨਹੀਂ ਲੱਗਦਾ ਹੁੰਦਾ ਨਹੀਂ ਉਹ ਉਹ ਗਲਤ ਨਹੀਂ ਹੈਗੇ ਆਪਣੀ ਜਗ੍ਹਾ ਉਹ ਬਿਲਕੁਲ ਸਹੀ ਹੈਗੇ ਆ ਦੇਖੋ ਕੋਵਿਡ ਤੋਂ ਪਹਿਲਾਂ ਸਿਚੁਏਸ਼ਨ ਸੀ ਕਿ ਸਾਨੂੰ ਇੱਕ ਫਿਕਸ ਟਾਈਮ ਦੇ ਦਿੱਤਾ ਜਾਂਦਾ ਸੀ 45 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਵੀਜ਼ਾ ਤੁਹਾਡਾ ਮਿਲ ਜੇਗਾ ਬਟ ਅੱਜ ਦੀ ਡੇਟ ਦੇ ਵਿੱਚ ਕੋਈ ਗਾਰੰਟੀ ਨਹੀਂ ਆ ਤੁਹਾਨੂੰ 45 ਦਿਨ 60 ਦਿਨ ਈਵਨ ਕਿ ਇਨਟੇਕ ਨਿਕਲ ਜਾਂਦਾ ਉਸ ਤੋਂ ਬਾਅਦ ਤੁਹਾਡਾ ਰਿਜ਼ਲਟ ਆ ਰਿਹਾ ਸੋ ਇਸ ਚੀਜ਼ ਲਈ ਤੁਹਾਨੂੰ ਸਾਨੂੰ ਥੋੜੇ ਦਿਨ ਲਈ ਪ੍ਰੀਪੇਅਰ ਹੋਣਾ ਪਏਗਾ ਆਉਣ ਵਾਲੇ ਟਾਈ ਕਾਲਜਸ ਦੀ ਬੜੀ ਸਮੱਸਿਆ ਰਹਿੰਦੀ ਹੈ ਬੱਚਿਆਂ ਨੂੰ ਜਾਣ ਤੋਂ ਪਹਿਲਾਂ ਸੋਚਦੇ ਨੇ ਕਿ ਕਿਹੜੇ ਕਾਲਜਸ ਚ ਜਾਇਆ ਜਾਵੇ ਜਾਂ ਯੂਨੀਵਰਸਿਟੀਆਂ ਚ ਜਾਈਏ ਪ੍ਰਾਈਵੇਟ ਤੇ ਗਵਰਨਮੈਂਟ ਕਾਲਜਸ ਵੀ ਹੁੰਦੇ ਨੇ ਜੀ ਬਿਲਕੁਕੁਲ ਬਿਲਕੁਲ ਕਿਹੜੇ ਬੈਸਟ ਕਾਲਜਸ ਤੁਹਾਨੂੰ ਲੱਗਦੇ ਨੇ ਵੀ ਜਿਹੜੇ ਤੁਸੀਂ ਸੁਜੈਸਟ ਕਰਨਾ ਚਾਹੁੰਦੇ ਹੋ ਬੱਚਿਆਂ ਨੂੰ ਵੀ ਪ੍ਰਾਈਵੇਟ ਜਾਵੇ ਜਾਂ ਗਵਰਨਮੈਂਟ ਕਾਲਜਸ ਦੇ ਵਿੱਚ ਜਾਣ ਦੇਖੋ ਸਾਡੀ ਪਹਿਲੀ ਪ੍ਰੇਫਰੈਂਸ ਤਾਂ ਹਮੇਸ਼ਾ ਪਬਲਿਕ ਕਾਲਜ ਨੂੰ ਰਹੀ ਹੈ ਜੀ ਬਟ ਕਈ ਵਾਰ ਇਸ ਤਰ੍ਹਾਂ ਹੁੰਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਗੱਲ ਕੀਤੀ ਪੀਟੀ ਵਾਲਾ ਸਟੂਡੈਂਟ ਹੈ ਪੀਟੀ ਤੇ ਕਈ ਐਸੇ ਪਬਲਿਕ ਕਾਲਜ ਹੈਗੇ ਜਿਹੜੇ ਐਕਸ ਹਾਂ ਹੀ ਪਬਲਿਕ ਕਾਲਜ ਰਹਿੰਦੀ ਹੈ ਜੀ ਸੋ ਇਹ ਵੀ ਗੱਲਾਂ ਸਾਹਮਣੇ ਆਉਂਦੀਆਂ ਕਿ ਸਪਾਊਸ ਵੀ ਹੁਣ ਨਾਲ ਜਾਣ ਲੱਗ ਗਏ ਪਹਿਲਾਂ ਕਹਿੰਦੇ ਸੀ ਕਿ 6 6 ਮਹੀਨੇ ਪਹਿਲਾਂ ਵੇਟ ਕਰਨੀ ਪੈਂਦੀ ਸੀ ਕਢਣਾਵਾ ਵੀ ਖਾਸੀਆਂ ਆਪ ਸੁਣੀਆਂ ਘਰ ਜ਼ਿਕਰ ਨਹੀਂ ਕਰਨਾ ਚਾਹੁੰਦੇ ਉਸ ਬਾਰੇ ਤੇ ਉਹ ਕਹਿੰਦੇ ਨੇ ਕਿ ਹੁਣ ਸਪਾਊਸ ਵੀ ਜਾਣ ਲੱਗ ਗਏ ਇਹ ਵੀ ਪ੍ਰੋਸੀਜਰ ਆਇਆ ਕੋਈ ਆਪਾਂ ਦੇਖੋ ਸਪਾਊਸ ਪਹਿਲਾਂ ਵੀ ਨਾਲ ਹੀ ਜਾਂਦਾ ਸੀਗਾ ਕੋਈ ਐਸੀ ਕੋਈ ਰੂਲ ਕੁਝ ਚੇਂਜ ਨਹੀਂ ਹੋਇਆ ਬਟ ਪ੍ਰੋਬਲਮ ਇਹ ਸੀ ਕਿ ਪਹਿਲੇ ਵੀਜ਼ਾਸ ਨਹੀਂ ਮਿਲ ਰਹੇ ਸੀ ਬਟ ਅੱਜ ਦੀ ਡੇਟ ਦੇ ਵਿੱਚ ਸਾਨੂੰ ਵੀਜ਼ਾਸ ਦੇ ਸਕਸੈਸ ਰੇਟ ਤਕਰੀਬਨ 80 90% ਤੱਕ ਵੀ ਦੇਖਣ ਨੂੰ ਮਿਲ ਰਿਹਾ ਹੈ ਅ ਵੀਜ਼ੇ ਦੀ ਗੱਲ ਕਰਦੇ ਹੋ ਕਹਿੰਦੇ ਕਿ 100% ਲਵਾਨੇ ਹੋ ਕਹਿੰਦੇ ਜਾਂ ਤਾਂ ਗੋਡ ਹੈ ਜਾਂ ਫਰਾਡ ਹੈ ਤੁਸੀਂ ਕਿਹੜੇ ਹੋ ਜੀ ਤੁਸੀਂ ਇਹੋ ਜਿਹੀ ਕਿੱਦੜ ਸਿੰਘੀ ਲਈ ਹੋਈ ਹੈ ਦੇਖੋ ਮੈਂ ਤੁਹਾਨੂੰ ਪਹਿਲੇ ਗਿਆ ਮੈਂ ਆਪਣੀ ਤਾਰੀਫ ਨਹੀਂ ਕਰਨਾ ਚਾਹੁੰਦਾ ਬਟ ਜਦੋਂ ਪੁਆਇੰਟ ਆਇਆ ਤਾਂ ਸਾਨੂੰ ਪੁਆਇੰਟ ਜਰੂਰ ਕਲੀਅਰ ਕਰਨਾ ਪਵੇਗਾ ਤੁਸੀਂ ਮੇਰਾ YouTube ਦਾ पेज देख लो फेसबुक पेज देख लो उथे थानो तो सारी चीजें क्लियर हो जानेगी वीजा भी दिख जानेगे जी नाले इथे लाइव ते बैठ के मैं थानो तो कह रहा है कि कोई स्टूडेंट हैगा ऐसा जेला हाँ कहते दे वीवी वीजा तो मैं फाइल लगाई थी ते मेरा रिफ्यूज हो गया मई एंड सितंबर इनटेक ता जो कहोगे वो करने तैयार है जी बिल्कुल कॉलर ਸਾਡੇ ਨਾਲ ਜੁੜ ਚੁੱਕੇ ਨੇ ਸੋ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਬਲੇ ਉਸੇ ਲਾਈਵ ਤੇ ਬੈਠ ਕੇ ਨਾ ਤੁਹਾਨੂੰ ਕਹਿ ਰਹੇ ਹਾਂ ਕਿ ਸਟੂਡੈਂਟ ਹੈਗਾ ਹੈ ਹਲੋ ਹਾਂ ਹਾਂਜੀ ਆ ਕੀ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤੁਸੀਂ ਮੇਰਾ ਬੇਟਾ ਪਰਦਾ ਮੈਂ 12ਵੀਂ ਕੀਤੀ ਉਹਨੇ ਉਹਨਾਂ ਤੇ ਇਹ ਕਿੰਨੇ ਪਰਸੈਂਟ ਮਾਰਕਸ ਨੇ ਜੀ ਮੈਂ ਪੁੱਛਣਾ ਕਹਿੰਦਾ ਮੇਰੇ ਖਿਆਲ ਦੇ ਵਿੱਚ ਇਹਨਾਂ ਨੇ ਪਿੱਛੇ ਟੀਵੀ ਚ ਲਾਇਆ ਹੋਇਆ प्लीज ਤੁਸੀਂ ਬੰਦ ਕਰ ਦਿਓ ਇੱਕ ਵਾਰ ਤੁਸੀਂ ਕਾਲ ਤੇ ਸਾਡੇ ਨਾਲ ਜੁੜੇ ਹੋ ਕਿਨੇ ਜਾਣਾ ਤੁਹਾਡੇ ਬੱਚੇ ਨੇ ਜਾਣਾ ਕਿੰਨੇ ਪਰਸੈਂਟ ਮਾਰਕਸ ਨੇ ਕਿੱਥੇ ਕੈਨੇਡਾ ਦਾ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਮੈਂ ਮੈਂ ਯੂ ਅਪਲਾਈ ਕਰਨਾ ਹੈ ਨਾ ਬੇਟਾ ਮੇਰਾ 80.5 ਲੈ ਕੇ ਪਾਸ ਹੈ ਜੋ ਯੋਗਤਾ ਕਹਿ ਰਹੀ ਹੈ। ਆਹ ਦੇਖੋ ਅੱਜ ਦੀ ਅੱਜ ਦੀ ਜਿਹੜੀ ਗੱਲ ਹੈਗੀ ਅਸੀਂ ਕੈਨੇਡਾ ਦਾ ਹੀ ਕਰਾਂਗੇ ਕਿਉਂਕਿ ਫਿਰ ਦਰਸ਼ਕਾਂ ਨੇ ਕਨਫਿਊਜ਼ ਹੋ ਜਾਣਾ ਹੈ ਵੀ ਬਾਕੀ ਦੀ ਬਾਕੀ ਦੀ ਜਾਣਕਾਰੀ ਤੁਸੀਂ ਫੋਨ ਕਾਲ ਤੇ ਰਹਿੰਦੇ ਰਹੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਬ੍ਰਾਂਚੇਸ ਵੀ ਦੱਸੀਆਂ ਨੇ ਜੀ ਤੁਸੀਂ ਵਿਜ਼ਿਟ ਕਰ ਸਕਦੇ ਹੋਗੇ ਪਟਿਆਲੇ ਬਠਿੰਡੇ ਬਰਨਾਲਾ ਔਰ ਮੋਹਾਲੀ ਦੇ ਵਿੱਚ ਵੀ ਤੁਸੀਂ ਹੈੱਡ ਆਫਿਸ ਮੋਹਾਲੀ ਦੇ ਵਿੱਚ ਔਰ ਬਾਕੀ ਇਹ ਰਹਿਦੀ ਜਾਣਕਾਰੀ ਕੋਰ ਸਾਂਝੀ ਕਰਦੇ ਰਹੇ ਕੈਨੇਡਾ ਨੂੰ ਕਾਲ ਕਰ ਲੈਣ ਸ਼ੋਅ ਤੋਂ ਬਾਅਦ ਨੀਚੇ ਨੰਬਰ ਹੈ ਤੁਸੀਂ ਪਰਸਨਲੀ ਜਿਹੜੀ ਕਰ ਸਕਦੇ ਹੋ ਗੱਲਬਾਤ ਜਿਹੜੀ ਕਰ ਸਕਦੇ ਹੋ ਸੋ ਫਿਲਹਾਲ ਜਿਹੜੇ ਕੁਐਸਚਨ ਨੇ ਕਿ ਸਾਡੇ ਕੈਨੇਡਾ ਦੇ ਵੀਜ਼ੇ ਨੂੰ ਲੈ ਕੇ ਨੇ ਸਪ ਤੇ ਬਾਕੀ ਸਰ ਇਹ ਵੀ ਸਵਾਲ ਇੱਕ ਸਾਹਮਣੇ ਆਵੇ ਜਿਵੇਂ ਹੁਣ ਕੰਪਨੀਆਂ ਵੀਜ਼ਾ ਲਵਾਉਂਦੀ ਨੇ ਵੈਸੇ ਤਾਂ ਦੇਖੋ ਜੀ ਰਿਸ਼ਤੇਦਾਰ ਹੁੰਦੇ ਨੇ ਅੱਜ ਕੱਲ ਤਾਂ ਸਾਰਾ ਪੰਜਾਬ ਮਤਲਬ ਕੈਨੇਡਾ ਨੂੰ ਜਾ ਰਿਹਾ ਕੈਨੇਡਾ ਪੰਜਾਬ ਬਣਿਆ ਪਿਆ ਬਿਲਕੁਲ ਪਹਿਲੀ ਪ੍ਰੈਫਰ ਹੁੰਦੇ ਹਨਾ ਤਾਂ ਕਈਆਂ ਤੇ ਲਿੰਕਸ ਵੀ ਨਹੀਂ ਹੁੰਦੇਗੇ ਕੋਈ ਫੈਮਿਲੀ ਮੈਂਬਰਸ ਨਹੀਂ ਮਤਲਬ ਉਹਦੇ ਲਈ ਫਿਰ ਆਪਣੀ ਕੰਪਨੀ ਕੋਈ ਸਹਾਇਤਾ ਪ੍ਰੋਵਾਈਡ ਕਰਦੀ ਬਿਲਕੁਲ ਬਿਲਕੁਲ ਕੈਨੇਡਾ ਦਾ ਵਿੱਚ ਦੇਖੋ ਨੂਰ ਸਾਡਾ ਆਫਿਸ ਵੀ ਹੈਗਾ ਉੱਥੇ ਹਾਲਾਂਕਿ ਅਸੀਂ ਸਟੱਡੀ ਵੀਜ਼ਾ ਇਸ ਟਾਈਪ ਦਾ ਕੋਈ ਉਹ ਨਹੀਂ ਕਰਦੇ ਐਕਟੀਵਿਟੀ ਉੱਥੇ ਸਾਡਾ ਮੇਨ ਮਕਸਦ ਹੀ ਇਹ ਹੈ ਕਿ ਜਿਹੜਾ ਵਿਜ਼ਟਰ ਵੀਜ਼ਾ ਤੇ ਇੱਥੋਂ ਗਿਆ ਹੈ ਜਾਂ ਵੀ ਸਟੱਡੀ ਵੀਜ਼ਾ ਤੇ ਇੱਥੋਂ ਗਿਆ ਜਿਹਨੂੰ ਉੱਥੇ ਹੈਲਪ ਦੀ ਲੋੜ ਹੈਗੀ ਹੈ ਤੋ ਉਹਨੂੰ ਅਸੀਂ ਜ਼ਰੂਰ ਅਸਿਸਟੈਂਸ ਪ੍ਰੋਵਾਈਡ ਕਰਦੇ ਆ ਤਾਂ ਮਤਲਬ ਕੀ 100% ਗਾਰੰਟੀ ਪੂਰੀ ਐਂਡ ਗਾਰੰਟੀ ਵੈਸੇ ਕੋਈ ਦਿੰਦਾ ਨਹੀਂ ਹੁੰਦਾ ਔਰ ਬਾਕੀ ਫੀਸਿਸ ਦੀ ਜੇ ਗੱਲ ਕਰ ਲਈਏ ਜਿਵੇਂ ਹੁਣ ਫੀਸਿਸ ਦੇ ਕਈ ਗੱਲਾਂ ਹੁੰਦੀਆਂ ਨੇ ਕਿ ਪਹਿਲਾਂ ਪਰ ਦੋਜੀ ਤੁਸੀਂ ਵੀਆ ਵੀਜ਼ੇ ਤੋਂ ਬਾਅਦ ਦੇ ਵਿੱਚ ਇਦਾਂ ਦੀ ਕੋਈ ਆਪਣੀ ਗਾਰੰਟੀ ਹੋਵੇ ਦੇਖੋ ਜੇ ਨਹੀਂ ਸਾਡਾ ਪੈਕੇਜ ਵਾਲਾ ਕੋਈ ਵੀ ਕੋਈ ਸਿਸਟਮ ਨਹੀਂ ਸੀਗਾ ਨਾ ਸੀ ਕਰਦੇ ਨਾ ਸੀ ਫਿਊਚਰ ਦੇ ਵਿੱਚ ਕਰਨਾ ਔਰ ਦੂਸਰੀ ਐਨਰੋਲਮੈਂਟ ਚਾਰजेस ਜਿਹੜੀ ਕਿ ਨਾ ਅਸੀਂ ਪਹਿਲੇ ਕੋਈ ਚਾਰजेस ਲੈਂਦੇ ਆਪਣੀ ਸਰਵਿਸਿਜ਼ ਦੇ ਐਸ ਡੀ ਐਸ ਕੇਸ ਦੇ ਵਿੱਚ ਨਾ ਅਸੀਂ ਬਾਅਦ ਚ ਕੋਈ ਚਾਰजेस ਲੈਂਦੇ ਸਾਨੂੰ ਕਾਲਜ ਵੱਲੋਂ ਠੀਕ ਠਾਕ ਕਮਿਸ਼ਨ ਆ ਜਾਂਦੀ 20-25000 ਰੁਪਏ ਸਾਡਾ ਇੱਕ ਕੇਸ ਦੇ ਪਿੱਛੇ ਸਾਡਾ ਚੱਲ ਜਾਂਦਾ ਸਾਨੂੰ ਕੋਈ ਮਤਲਬ ਐਪਲੀਕੈਂਟ ਤੋਂ ਸੀ ਕਿਸੇ ਤਰ੍ਹਾਂ ਦਾ ਕੋਈ ਚਾਰਜ ਨਹੀਂ ਲੈਂਦੇ ਬਿਲਕੁਲ ਹੈ ਸਰ ਜੀ ਉੱਥੇ ਗੱਲ ਕਰ ਲਈਏ ਤਾਂ ਕਈ ਇਦਾਂ ਦੇ ਵੀ ਸੀਮ ਸਾਹਮਣੇ ਆਉਂਦੇ ਨੇ ਕਿ ਵੀਜ਼ਾ ਲਗਵਾਉਣਾ ਹੈ ਬੱਚੇ ਦਾ ਤਾਂ ਕਈ ਨਾ ਇੱਕ ਲੈਟਰ ਜਿਹੜਾ ਸ਼ੋ ਕਰਦੇ ਨੇ ਜਾਂ ਕੋਈ ਆਫਰ ਲੈਟਰ ਉਹਦੇ ਵਿੱਚ ਕਹਿੰਦੇ ਫੀਸ ਵੀ ਨਹੀਂ ਸਹੀ ਤਰੀਕੇ ਦੇ ਨਾਲ ਕਈ ਸਟੂਡੈਂਟ ਦੇ ਸਾਹਮਣੇ ਹੋਏਗਾ ਜਿਹੜਾ ਆਫਰ ਲੈਟਰ ਆਏਗਾ ਉਹਦੀ ਮੇਲ ਤੇ ਵੀ ਆਏਗਾ ਸਾਡੀ ਮੇਲ ਤੇ ਵੀ ਆਏਗਾ ਹਰ ਚੀਜ਼ ਟਰਾਂਸਪੇਰੈਂਟ ਹੋਏਗੀ ਜਿਹੜੀ ਜਿਹੜੀ ਵੀ ਫਾਈਲ ਉਹਦੀ ਬਣੇਗੀ ਸਾਰੀ ਉਹਨੂੰ ਸ਼ੋ ਕੀਤੀ ਜਾਏਗੀ ਪਹਿਲੇ ਲਗਾਉਣ ਤੋਂ ਪਹਿਲੇ ਜੀ ਉਹਦੇ ਨਾਲ ਡਿਸਕਸ ਕੀਤਾ ਜਾਏਗਾ ਤਾ ਉਸ ਦੇ ਵਿੱਚ ਤਾਂ ਕੋਈ ਇਸ ਤਰ੍ਹਾਂ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਮੇਰੇ ਖਿਆਲ ਦੇ ਵਿੱਚ ਹੁਣ ਤੁਹਾਨੂੰ ਜਲਦੀ ਵਿਜ਼ਿਟ ਜਿਹੜਾ ਕਰ ਲੈਣਾ ਚਾਹੀਦਾ ਫੋਨ ਤੇ ਗੱਲ ਕਰ ਲੈਣੀ ਚਾਹੀਦੀ ਕਿ ਇਤੋਂ ਜ਼ਿਆਦਾ ਪ੍ਰੋਸੀਮੰਡ ਮੈਂ ਹੋਰ ਤਾਂ ਦੱਸ ਨਹੀਂ ਸਕਦੇ ਕਿ ਜਿਸ ਤਰ੍ਹਾਂ ਇਹਨਾਂ ਨੇ ਗਰੰਟੀਆਂ ਦਿੱਤੀਆਂ ਨੇ ਇੱਕ ਵਾਰ ਤੁਹਾਨੂੰ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਆਫਿਸਿਸ ਦੱਸਿਆ ਤੁਹਾਨੂੰ ਵੀ ਵੀ ਵੀਜ਼ਾ ਕੰਸਲਟੈਂਟ ਤੁਸੀਂ ਜਾ ਸਕਦੇ ਹੋ ਬਠਿੰਡੇ ਜਾ ਸਕਦੇ ਹੋ ਬਰਨਾਲੇ ਪਟਿਆਲੇ ਆਰਬ ਮੁਹਾਲੀ ਦੇ ਵਿੱਚ ਜਾ ਸਕਦੇ ਹੋ ਔਰ ਕੈਨੇਡਾ ਦੇ ਵਿੱਚ ਵੀ ਇਹਨਾਂ ਦਾ ਹੈ ਆਫਿਸ ਉੱਥੇ ਵੀ ਤੁਹਾਨੂੰ ਜੇ ਕਿਸੇ ਚੀਜ਼ ਦੀ ਹੈਲਪ ਦੀ ਲੋੜ ਹੈ ਤੁਸੀਂ ਉੱਥੇ ਜਾ ਕੇ ਵੀ ਹੈਲਪ ਜਿਹੜੀ ਆ ਕਰ ਸਕਦੇ ਹੋ ਸੋ ਕਾਲ हेलो हेलो हां जी स्वागत uh, 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 है जी कौन कॉल कर रहे हो मैम कोमल कोमल दा कॉल शायद ਤੁਸੀਂ ਪਹਿਲੇ ਵੀ ਲਿੱਤਾ ਸੀਗਾ ਕੋਮਲ ਤੁਸੀਂ ਹੁਣੇ ਕਾਲ ਕੀਤਾ ਸੀ ਸ਼ਾਇਦ ਓ ਮੈਮ हां जी ਬੋਲੋ ਜੀ ਸਵਾਲ ਬੋਲੋ ਅ ਅਸ ਪ੍ਰੇਸ ਕਰ ਰਹੀ ਹਾਂ ਜੇ ਆਪਾਂ ਸਰ ਮੈਂ ਸੁਣਿਆ ਮੇਰੇ ਤੋਂ ਕਿ ਜੇ ਐਗਜ਼ਾਮ ਦੇ ਅਗਸਤ ਦੇ ਲਾਸਟ ਤੱਕ ਇਹ ਤਾਂ ਡਿਫਿਕਲਟ ਹੋਏਗਾ ਮਿਡਾ ਦੇਣਾ ਚਾਹੀਦਾ ਐਵੇਂ ਕੋਈ ਹੁੰਦਾ ਮੈਂ ਕੁਐਸਚਨ ਐਕਚੁਅਲੀ ਪੂਰਾ ਸਮਝ ਨਹੀਂ ਤੂੰ ਇੱਕ ਵਾਰ ਪਲੀਜ਼ ਦੁਬਾਰਾ ਰਿਪੀਟ ਕਰ ਸਕਦੇ ਹੋ ਸਵਾਲ ਤੁਹਾਡਾ ਕੀ ਸਵਾਲ ਹੈ ਮੇਰੇ ਟੀਚਰਸ ਨੇ ਕਨਸਲਟ ਕੀਤਾ ਕਿ ਆਲਸਾ ਐਗਜ਼ਾਮ ਤੁਸੀਂ ਅਗਸਟ ਦੇ ਲਾਸਟ ਤੇ ਨਾ ਦੋ ਨਾ ਫਰਸਟ ਤੇ ਦੋ ਮਤਲਬ ਮਿਡ ਵਾਲਾ ਵੀ ਉਹ ਦੋ ਇਜ਼ੀ ਹੋਏਗਾ ਨਹੀਂ 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 ਐਸਾ ਕੁਝ ਇਹ ਸਭ ਕੋਰੀਆ ਫਵਾਵਾ ਹੈਗੀਆਂ ਕਦੇ ਕਹਿ ਦਿੰਦੇ ਆ ਜੀ ਉੱਥੇ ਐਗਜ਼ਾਮ ਇਸ ਜਗ੍ਹਾ ਤੇ ਮੁਸ਼ਕਿਲ ਆਂਦਾ ਉੱਥੇ ਜਗ੍ਹਾ ਇਹ ਸਭ ਪੰਜਾਬ ਦੇ ਵਿੱਚ ਚੱਲਦਾ ਐਸਾ ਕੁਝ ਨਹੀਂ ਹੈ ਤੁਸੀਂ ਆਪਣੀ ਪ੍ਰੈਪਰੇਸ਼ਨ ਕਰੋ ਫਰੀ ਮਾਈਂਡ ਦੇ ਨਾਲ ਕਰੋ ਔਰ ਟਾਰਗੇਟ ਰੱਖੋ ਆਪਣਾ 6.5 ਬੈਂਡ ਦਾ ਦੈਟਸ ਇਟ ਹੋਰ ਕੋਈ ਚੀਜ਼ ਆਪਣੇ ਦਿਮਾਗ ਦੇ ਵਿੱਚ ਨਾ आईएलटीएस एग्जाम ਸਭ ਲਈ ਇੱਕੋ ਹੀ ਆਂਦਾ ਸਾਰੇ ਸਟੂਡੈਂਟਸ ਲਈ ਇੱਕੋ ਹੀ ਹੈ ਔਰ ਮੇਰੇ ਸਾਹ ਨਾਲ ਜਿਹਨੇ ਤਿਆਰੀ ਕੀਤੀ ਉਹਦੇ ਲਈ ਤਾਂ ਬੜਾ ਆਸਾਨ ਹੈ ਸੋ ਆਲਟਸ ਦੀ ਜੇ ਗੱਲ ਕੀਤੀ ਹੈ ਤਾਂ ਇਹ ਕਹਿ ਰਹੇ ਨੇ ਕਿ ਵੀਜ਼ਾ ਇਹ ਕੀ મતલਬ ਗੱਲ ਹੈ ਕਿ ਜਿੱਦਾਂ ਕਹਿੰਦੇ ਮਿੱਡ ਦੇ ਵਿੱਚ ਮਿੱਡ ਦੇ ਵਿੱਚ ਕਿਹੜਾ ਨਹੀਂ ਵੀਜ਼ਾ ਦੇ ਨਹੀਂ ਇਹ ਗੱਲ ਕਰ ਰਹੇ ਹੈ ਕਿ ਜੇ ਮੈਂ ਮਿੱਡ ਦੇ ਵਿੱਚ ਦਿੰਦੀ ਆ ਤਾਂ ਸ਼ਾਇਦ एग्जाम ਓਖਾ ਆਂਦਾ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਸੋ ਇਹਨਾਂ ਗੱਲਾਂ ਕਰਕੇ ਬੱਚੇ ਕਈ ਵਾਰ ਪਜ਼ਲ ਹੋ ਜਾਂਦੇ ਨੇ ਕਿ ਇਹ ਦੇਖੋ ਹੁਣ ਕਿੰਨਾ ਟਾਈਮ ਕਿੰਨਾ ਵੇਸਟ ਕਰ ਲੈਣਗੇ ਆਪਣਾ ਅਗਸਤ ਦੇ ਮੀਡਲ ਦੇ ਵਿੱਚ ਨਹੀਂ ਦੇਣਗੇ ਫਿਰ ਅੱਗੇ ਹੀ ਦੇਣਗੇ ਫਿਰ ਇਨਟੇਕ ਮਿਸ ਹੋ ਜਾਏਗਾ ਸੋ ਇਹਨਾਂ ਚੀਜ਼ਾਂ ਵੱਲ ਤਾਂ ਜਾਣਾ ਨਹੀਂ ਚਾਹੀਦਾ ਆਪਣੀ ਪ੍ਰੈਪਰੇਸ਼ਨ ਰੱਖੋ ਹਣ ਅਸੀਂ ਸੋਚੀਏ ਵੀ ਹੁਣ ਪਲੱਸ 2 ਦੀ ਅਸੀਂ ਇਗਜ਼ਾਮ ਇਸ ਸਾਲ ਬੜਾ ਔਖਾ ਆਏਗਾ ਅਗਲੇ ਸਾਲ ਸੌਖਾ ਆਏਗਾ ਤਾਂ ਆਪਾਂ ਅਗਲੇ ਸਾਲ ਤਾਂ ਨਹੀਂ ਦੇ ਸਕਦੇ ਨਾ ਇਗਜ਼ਾਮ ਤਾਂ ਜਦੋਂ ਦੇਣਾ ਉਸੇ ਟਾਈਮ ਦੇਣਾ ਨਾ ਉਹੀ ਹੈ ਤੇ ਗੱਲ ਕਰ ਲਈ ਤੁਸੀਂ ਪਹਿਲਾਂ ਵੀ ਦੱਸਿਆ ਸੀਗਾ ਕਿ ਵੀ ਜੇ ਆਪਾਂ ਅੱਗੇ ਜਾਣੇ ਆ ਤਾਂ ਗੈਪ ਵੀ ਪੈ ਕਰ ਰਹੇ ਹੋ ਤੁਸੀਂ ਪਹਿਲਾਂ ਤਾਂ ਆਪਣੇ ਟੈਲੀਵਿਜ਼ਨ ਦੀ ਆਵਾਜ਼ ਘਟਾ ਦਿਓ ਜੀ ਫਿਰ ਫੋਨ ਤੇ ਗੱਲ ਕਰੋ ਸਾਡੇ ਕੋਲ ਆਵਾਜ਼ ਥੋੜੀ ਕਲੀਅਰ ਨਹੀਂ ਆ ਰਹੀ ਕੌਣ ਗੱਲ ਕਰ ਰਹੇ ਹੋ ਮਕਰਮਜੀਤ ਸਿੰਘ ਹੋ ਰਹੇ ਆ ਜੀ ਜੰਮੂ ਤੋਂ ਜੰਮੂ ਤੋਂ ਗੱਲ ਕਰ ਰਹੇ ਨੇ ਜੀ ਪਰਮਜੀਤ ਸਿੰਘ ਹਾਂਜੀ ਪਰਮਜੀਤ ਸਿੰਘ ਹਾਂਜੀ ਕੀ ਸਵਾਲ ਹੈ ਤੁਹਾਡਾ ਮੇਰਾ ਸਵਾਲ ਹੈ ਕਿ ਮੇਰੀ ਬੇਟੀ ਆਈਲਿਵਸ ਕਰ ਜੀ ਉਹਨੇ ਟੋਰਟ ਭਾਗ ਕੀਤੀ ਹੁਣ ਜੀ आइट्स कर चुके किन्हें बैंड आगे किन्हें बैंड स्कोर किन्हा जी आह तो बैंड रोल आ गयी क्या जब पेट करूँगी किन्हा किन्हा कह रहे थे तुझे बैंड किन्हे है सेवन बैंड है सेवन 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 बैंड्स है क्या सेवन बैंड्स हाँ जी हाँ जी ओके और तो भी तो मार्क मार्क आया 94 परसेंट 94 आया सर 94 तो बहु ਮੈਂ ਜਾਣਕਾਰੀ ਇਹ ਕਰਨਾ ਕਿ ਅਸੀਂ ਇਹ ਕਲੇਮ ਦੀ ਤਿਆਰੀ ਕਰ ਰਹੀ ਸੀ ਕਿਤੇ ਜੀ ਜੀ ਤੇ ਉਹਦਾ ਇਹ ਫਾਈਨੈਂਸ਼ਲੀ ਕਿੰਨਾ ਕਿ ਕਦੋਂ ਦਾ ਕੁੱਧਰਾ ਕੁਦੀ ਫਾਈਨਲ ਹੋ ਗਿਆ ਦੱਸ ਦਿਓ ਕਿ ਦੇਖੋ ਜੇ ਤਾਂ ਚਲੋ ਮੈਂ ਤੁਹਾਡਾ ਸਵਾਲ ਵੈਸੇ ਸਮਝ ਰਿਹਾ ਦੇਖੋ ਪ੍ਰੋਫਾਈਲ ਬਹੁਤ ਅੱਛੀ ਹੈ ਵੀਜ਼ਾ ਆnde ਤਾਂ ਦੇਖੋ 100% ਚਾਂਸ ਹੈ 94% 7 ਬੈਂਡ ਤੇ ਜੇ ਅਸੀਂ ਗੱਲ ਕਰੀਏ ਖਰਚੇ ਦੀ ਸ਼ਾਇਦ ਤੁਸੀਂ ਗੱਲ ਕੀਤੀ ਤਾਂ ਖਰਚਾ 18 ਤੋਂ 20 ਲੱਖ ਤੁਹਾਡਾ ਆਏਗਾ ਇਸ ਤੋਂ ਇਲਾਵਾ ਕੋਈ ਹੋਰ ਸਵਾਲਾ ਤਾਂ ਦੱਸੋ ਨਟਸ਼ਾਲ ਜਿੰਨਾ ਕਿ ਮੈਨੂੰ ਸਮਝ ਆਇਆ ਉਹਨਾਂ ਮੈਂ ਤੁਹਾਡਾ ਰਿਪਲਾਈ ਕੀਤਾ ਜੇ ਕੋਰਸਿਸ ਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਨੀਚੇ ਦਿੱਤੇ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਸ਼ੋਤਬਾ ਬਿਲਕੁਲ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਤੇ ਬਾਕੀ ਤੁਹਾਨੂੰ ਪਹਿਲਾਂ ਵੀ ਦੱਸਿਆ ਹੁਣ ਜੇ ਅੱਜ ਇਹ ਗੱਲ ਕਰ ਲਈ ਉਹ ਬੇਟੀ ਦੇ ਫਾਦਰ ਨੇ ਫੋਨ ਲਾਇਆ ਸੀ ਤਾਂ ਇਸੇ ਤਰ੍ਹਾਂ ਹੋਰ ਵੀ ਕਾਫੀ ਲੋਕ ਸਾਡੇ ਨਾਲ ਜੁੜੇ ਹੋਣਗੇ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਇਸ ਨੰਬਰ ਦੇ ਉੱਪਰ ਆਪਣੀ ਜਾਣਕਾਰੀ ਲੈਣ ਲਈ ਚਾਹੀ ਤੁਸੀਂ ਖੁਦ ਵੀਜ਼ਾ ਲਵਾਉਣਾ ਚਾਹੁੰਦੇ ਹੋ ਚਾਹੀ ਆਪਣੇ ਭੈਣ ਭਰਾ ਦਾ ਚਾਹੀ ਆਪਣੀ ਬੇਟੀ ਦਾ ਸੋ ਜਿਸ ਦਾ ਵੀ ਲਵਾਉਣਾ ਚਾਹੁੰਦੇ ਹੋ ਗੱਲਬਾਤ ਸਾਂਝੀ ਕਰ ਸਕਦੇ ਸੋ ਸਰ ਇੱਕ ਸਵਾਲ ਪਹਿਲਾਂ ਵੀ ਬੜਾ ਸਾਹਮਣੇ ਆਇਆ ਸੀਗਾ ਸਕੂਲਿੰਗ ਵੀਜ਼ੇ ਨੂੰ ਲੈ ਕੇ ਕਾ ਮੈਂ ਉਹੀ ਹੋਣ ਜਿਵੇਂ ਆਈਐਲਸੀ ਗੱਲ ਚੱਲ ਰਹੀ ਸੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਜਿਹੜੀ ਚੀਜ਼ ਹੋ ਨਹੀਂ ਰਹੀ ਉਹਦੇ ਪਿੱਛੇ ਆਪਾਂ ਕਿਉਂ ਜਾਣਾ ਸਕੂਲਿੰਗ ਵੀਜ਼ਾ ਹੋ ਸਕਦਾ ਹਾਂ ਕੋਈ ਜਿਵੇਂ ਕਿ ਪੇਰੈਂਟਸ ਹੈਗੇ ਉਹਨਾਂ ਦੀ ਕੈਨੇਡਾ ਦੇ ਵਿੱਚ ਜੋਬ ਲੱਗੀ ਤੋ ਉਸ ਬੱਚੇ ਨੂੰ ਮਿਲੇਗਾ ਹੁਣ ਇਹ ਆਮ ਕਰਦੇ ਬੱਚੇ ਨੂੰ ਇਸ ਤਰ੍ਹਾਂ ਦਾ ਕੋਈ ਪ੍ਰੋਵੀਜ਼ਨ ਹੈ ਪਿਛਲੇ 2 ਸਾਲਾਂ ਤੋਂ ਤਾਂ ਐਸਾ ਹੋਇਆ ਨਹੀਂ ਅੱਗੇ ਕਿਤੇ ਹੋ ਜੇ ਤਾਂ ਕਹਿ ਨਹੀਂ ਸਕਦੇ ਬਟ ਇਹ ਸਕੂਲਿੰਗ ਵੀਜ਼ਾ ਦੇ ਚੱਕਰ 'ਚ ਹਲੇ ਨਾ ਪਾਓ ਬੱਚਾ ਪਲੱਸ 2 ਕਰੇ ਉਸ ਤੋਂ ਬਾਅਦ ਹੀ ਉਹਦਾ ਕੋਈ ਚਾਂਸ ਹੈਗਾ ਪਲੱਸ 2 ਕਰੇ ਆਇਲਟਸ ਦੇ ਇਗਜ਼ਾਮ ਦੇ ਉਸ ਤੋਂ ਬਾਅਦ ਹੀ ਉਹ ਜਾ ਸਕਦਾ ਹੈ ਜਿਆਦਾ ਕਾਲੀ ਕਰਨ ਦਾ ਕੋਈ ਫਾਇਦਾ ਨਹੀਂ ਕਹਿ ਸਕਦੇ ਆ ਵੀ ਅਜ ਤਾਂ ਰੀੜ ਦੀ ਹੱਡੀ ਹੈ ਜੇ ਬਾਹਰ ਜਾਣਾ ਵੀ ਤੁਹਾਨੂੰ ਆਇਲਟਸ ਕਰਨੀ ਬਹੁਤ ਜ਼ਿਆਦਾ ਲਾਜ਼ਮੀ ਬਸ ਪਲੱਸ 2 ਪਲੱਸ 2 ਤੋਂ ਬਾਅਦ ਹੀ ਜਾਏਗਾ 10ਵੀਂ ਦੇ ਚੱਕਰ 11ਵੀਂ ਚੱਕਰ 'ਚ ਨਹੀਂ ਜੀ 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 ਸੋ ਕਾਲਰ ਮੈਡਮ ਮੈਂ ਪੰਕਜ ਵੜੀਆ ਬੋਲ ਰਿਹਾ ਪਟਿਆਲੇ ਤੋਂ ਹਾਂਜੀ ਪਟਿਆਲੇ ਤੋਂ ਬੋਲ ਰਿਹਾ ਹਾਂ ਕੀ ਸਵਾਲ ਹੈ ਤੁਹਾਡਾ ਮੈਂ ਮੇਰੇ ਅਕਾ ਹੈ ਉਹ 2016 ਪਾਸ ਆਊਟ ਹੈ ਬੀ ਕਾਮ ਦੇ ਅੰਦਰੋਂ ਤੇ ਉਹਦਾ 2 ਸਾਲ ਦਾ ਗੈਪ ਸੀ 2018 ਚ ਸਟੱਡੀ ਲਈ ਉਹ ਕੈਨੇਡਾ ਗਿਆ ਹਮਮ ਬਟ ਉਹ 15 ਦਿਨ ਚੀ ਹੋ ਕੇ ਬਿਮਾਰ ਹੋ ਕੇ ਵਾਪਸ ਬੈਕ ਟੂ ਇੰਡੀਆ ਆ ਗਿਆ ਹਾਂਜੀ ਓਕੇ ਤੇ ਉਹਨਾਂ ਨੇ ਦੁਬਾਰਾ ਫਿਰ 2021 ਦੇ ਅੰਦਰ ਉਹਨਾਂ ਨੇ ਪਾਸ ਆਊਟ ਹੋਇਆ ਆਈ ਲੈਸ ਦੇ ਅੰਦਰ ਸਾਰੇ ਵਿੱਚ ਓਵਰ ਆਲ ਉਹਦੇ 6.5 ਬੈਂਡ ਹੈ ਹਾਂ ਠੀਕ ਹੈ ਜੀ ਤੁਸੀਂ ਹਲੇ ਹੀ ਕਨਫਿਊਜ਼ਨ ਚਾਹੀ ਵੀ ਪ੍ਰੋਫਾਈਲ ਵੀ ਫਾਈਲ ਲਗਾਈ ਜਾਏ ਜਾਂ ਨਾ ਲਗਾਈ ਜਾਏ ਬੀ ਕਾਮ ਪਾਸ ਆਊਟ ਹੈ ਬੱਚੇ ਦਾ ਜਿਹੜਾ ਗੈਪ ਹੈ ਹੁਣ ਵੀ ਪਿੱਛੇ 2 ਸਾਲ ਦਾ ਉਹਦੇ ਚ ਵੀ ਉਹਦਾ ਜੌਬ ਐਕਸਪੀਰੀਅੰਸ ਹੈਗਾ ਉਹਦੇ ਦਾ ਜੀ 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 ਦੇਖੋ ਸੇਮ ਕੇਸ ਸੇਮ ਕੇਸ ਪਿਛਲੀ ਵਾਰ ਜਿਹੜੇ ਸਾਡੇ ਵੀਜ਼ੇ ਹੋਏ ਇਹ ਚੀਜ਼ ਸਾਡੇ ਨਾਲ ਸੇਮ ਹੋਈ ਹੈ ਰਾਜਸਥਾਨ ਦਾ ਬੱਚਾ ਸੀਗਾ ਔਰ ਉਹਦਾ ਵੀ ਕਾਮਰਸ ਦਾ ਹੀ ਬੈਕਗ੍ਰਾਉਂਡ ਸੀ ਵੀਜ਼ਾ ਹੋ ਗਿਆ ਕੋਈ ਦਿੱਕਤ ਨਹੀਂ ਆਣੀ ਦੇਖੋ ਬੱਚਾ ਜੈਨੂਮ ਤੌਰ ਤੇ ਬਿਮਾਰ ਹੋ ਗਿਆ ਸੀ ਕੌਣ ਉਹ ਤਾਂ ਕੈਨੇਡਾ ਦੀ ਸਰਕਾਰ ਨੂੰ ਵੀ ਪਤਾ ਹੈ ਕੌਣ 15 ਦਿਨਾਂ ਚ ਵਾਪਸ ਆਂਦਾ ਕੋਈ ਮਜਬੂਰੀਆਂ ਰਹੀਆਂ ਹੋਣਗੀਆਂ ਸੋ ਉਹ ਕੇਸ ਤਾਂ ਸਾਈਟ ਤੇ ਉਹ ਤਾਂ ਕਲੀਅਰ ਆ ਇਹਨਾਂ ਦਾ ਔਰ ਹੁਣ ਸਾਡੇ 6 ਬੈਂਡ ਆ ਗਿਆ ਡੈਫੀਨਿਟਲੀ ਉਹ ਜਾ ਸਕਦੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਏਗੀ ਪ੍ਰੈਕਟੀਕਲ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਰਿਹਾ ਪਿਛਲੇ ਇਨਟੇਕ ਦੇ ਵਿੱਚ ਸਟੂਡੈਂਟ ਗਿਆ ਜਿਹਦਾ ਕਿ ਇਸ ਤਰ੍ਹਾਂ ਦਾ ਹੀ ਪ੍ਰੋਫਾਈਲ ਸੀਗਾ ਉਹ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ ਤੁਸੀਂ ਬੇਤਰਕ ਹੋ ਕੇ ਅਪਲਾਈ ਕਰੋ ਸਰ ਇਹਨਾਂ ਦੀ ਗੱਲ ਤੋਂ ਇੱਕ ਇਹ ਸਵਾਲ ਵੀ ਆ ਜਿਆਦਾ ਕਿ ਜਿਸ ਤਰ੍ਹਾਂ ਹੁਣ ਜੌਬ ਕਰ ਰਿਹਾ ਬੱਚਾ ਚਲੋ ਕੁਝ ਫਾਈਨੈਂਸ਼ੀਅਲੀ ਮਜਬੂਰੀਆਂ ਹੁੰਦੀਆਂ ਨੇ ਪੜ੍ਹਾਈ ਛੱਡ ਕੇ ਪਲੱਸ 2 ਤੋਂ ਬਾਅਦ ਬੱਚਾ ਜੌਬ ਕਰਨ ਲੱਗ ਜਾਂਦਾ ਤਾਂ ਉਹਦੇ ਲਈ ਵੀਜ਼ਾ ਵੇਲੇ ਕੀ ਉਹ ਬਾਅਦ ਚੋਂ ਪੜ੍ਹਨਾ ਚਾਹੁੰਦਾ ਹੋਵੇ ਉਹ ਵੀ ਫਿਊਚਰ ਬਣਾਉਣਾ ਚਾਹੁੰਦਾ ਹੋਵੇ ਕੈਨੇਡਾ ਦੇ ਵਿੱਚ ਆ ਕੇ ਜੀ 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 ਬਿਲਕੁਲ ਕੀ ਇਹਦੇ ਬਾਰੇ ਕੁਝ ਤੁਸੀਂ ਜਾਣਕਾਰੀ ਸਾਂਝੀ ਕਰ ਸਕਦੇ ਹੋ ਕਿ अवेलेबल ਨੇ ਵੀਜ਼ੇ ਕਿ ਜੇ ਇਹ ਜੌਬ ਦੇ ਪ੍ਰੋਫਾਈਲ ਦੇ ਥਰੂ ਬੱਚਾ ਜਾਵੇ ਉੱਤੇ ਸਟੱਡੀ ਕਰੇ ਬਿਲਕੁਲ ਜੌਬ ਦੀ ਜਿਹੜੀ ਗੱਲ ਕਰ ਰਹੇ ਹਨਾ ਇਹ ਗੈਪ ਕਵਰੇਜ ਹੁੰਦੀ ਆ ਬੱਚਾ ਜਾਣਾ ਦਾ ਸਟੱਡੀ ਵੀਜ਼ਾ ਤੇ ਹੀ ਆ ਉਹਨੇ ਜੋ ਜਿਹੜੀ ਜੋਬ ਇਹਨਾਂ ਨੇ ਕੀਤੀ ਉਹ ਗੈਪ ਕਵਰੇਜ ਦੇ ਵਿੱਚ ਆएगी ਤੇ ਅੱਗੇ ਜਾ ਕੇ ਸਟੱਡੀ ਹੀ ਕਰਨੀ ਹੈ ਜੀ ਹਾਂਜੀ ਏ ਮੇਰੇ ਖਾਲ ਤੁਹਾਨੂੰ ਇਹ ਕੁਐਸਚਨ ਸੀ ਸ਼ਾਇਦ ਨਾ ਪੂਰਾ ਸਮਝ ਨਾ ਆਇਆ ਜੀ ਬਿਲਕੁਲ کافی ਜਿਆਦਾ ਕਨਫਿਊਜਨਸ ਨਹੀਂ ਬਾਕੀ ਜ ਜਿਹਨਾਂ ਨੇ ਹੁਣ ਸਾਨੂੰ ਕਾਲ ਕੀਤੀ ਹੈ ਪਟਿਆਲਾ ਤੋਂ ਸੀਗੇ ਤੇ ਤੁਸੀਂ ਪਟਿਆਲੇ ਆਫਿਸ ਦੇ ਵਿੱਚ ਵੀ ਇੱਕ ਵਾਰ ਵਿਜ਼ਿਟ ਕਰ ਸਕਦੇ ਹੋ ਆ ਜਿਹੜੇ ਗੱਲ ਕਰ ਲਈਏ ਨੰਬਰ ਦਿੱਤੇ ਹੋਏ ਨੇ ਪਰਸਨਲੀ ਜਿਹੜੇ ਨੇ ਕਾਲ ਵੀ ਤੁਸੀਂ ਕਰ ਸਕਦੇ ਹੋ ਜਾਣਕਾਰੀ ਜਿਹੜੀ ਆ ਸਾਂਝੀ ਕਰ ਸਕਦੇ ਹੋ ਉਹ ਲੈ ਸਕਦੇ ਜੋ ਵੀ ਤੁਹਾਡੇ ਸਵਾਲ ਨੇ ਵੀਜ਼ਾ ਨਾਲ रिलेटेड ਪਰ ਇੱਕ ਗੱਲ ਹੈ ਕਿ ਗਲਤ ਚੱਕਰਾਂ ਦੇ ਵਿੱਚ ਨਾ ਫਸੋ ਇਸ ਲਈ ਅਸੀਂ ਆਏ ਦਿਨ ਤੁਹਾਡੇ ਲਈ ਸ਼ੋਅ ਲੈ ਕੇ ਆਉਣੇ ਆ ਤੁਹਾਡੇ ਉਮੀਦ ਕਰਦੇ ਵੀ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਸੋ ਕੀ ਤੁਸੀਂ ਅੱਗੇ ਦੱਸਣਾ ਚਾਹੁੰਦੇ ਹੋ ਕਿ ਫਾਇਦੇ ਦੀ ਗੱਲ ਕਰਨਾ ਚਾਹੁੰਦੇ ਹੋ ਸਰ ਲਾਸ ਤੇ ਵਿੱਚ ਦੇਖੋ ਸ਼ੁਰੂ ਵਿੱਚ ਮੈਂ ਗੱਲ ਕੀਤੀ ਸੀ ਹੁਣ ਫੇਰ ਰਿਪੀਟ ਕਰਾਂਗਾ ਸ਼ਾਇਦ ਕਈਆਂ ਨੇ ਸ਼ੋਅ ਲੇਟ ਚਲਾਉਂਦੇ ਆ ਜਿਹੜਾ ਬੱਚਿਆਂ ਨੇ ਹੁਣ ਪਲੱਸ 2 ਪਾਸ ਕੀਤੀ ਹੈ ਉਹਨਾਂ ਨੂੰ ਮੇਰੀ ਇੱਕੋ ਹੀ ਅਪੀਲ ਹੈ ਜਲਦ ਤੋਂ ਜਲਦ ਆਪਣਾ ਰਿਸਰਚ ਕਰੋ ਕਿਹੜਾ ਤੁਸੀਂ ਕੋਰਸ ਲੈਣਾ ਹੈ ਮੈਡੀਕਲ ਕੀਤੀ ਹੈ ਤਾਂ ਮੈਡੀਕਲ ਤੋਂ ਰਿਲੇਟਿਡ ਦੇਖੋ ਕਮਰਸ਼ਲ ਕੀਤੀ ਹੈ ਤਾਂ ਕਮਰਸ ਤੋਂ ਰਿਲੇਟਿਡ ਦੇਖੋ ਜਿਨ੍ਹਾਂ ਨੇ ਕੈਨੇਡਾ ਜਾਣਾ ਹੈ ਆਪਨਾ ਜੇ ਤੁਸੀਂ ਟਾਈਮ ਵੇਸਟ ਹੁਣ ਜੈਨ ਇਨਟੇਕ ਤੁਹਾਡਾ ਨਿਕਲ ਗਿਆ ਤਾਂ ਉਸ ਤੋਂ ਬਾਅਦ ਸਿੱਧਾ ਮੇਨ ਟੇਕ ਔਰ ਮੇਨ ਇਨਟੇਕ ਦਾ ਸਿੱਧਾ-ਸਿੱਧਾ ਮਤਲਬ ਹੈ ਕਿ ਤੁਹਾਡਾ 1 ਸਾਲ ਖਰਾਬ ਹੋ ਗਿਆ। ਸੋ ਮੇਰੀ ਬੱਚਿਆਂ ਨੂੰ ਇਹੀ ਅਪੀਲ ਹੈ ਤੁਸੀਂ ਆਪਣਾ ਟਾਈਮ ਨਾ ਖਰਾਬ ਕਰੋ ਜਲਦ ਤੋਂ ਜਲਦ ਆਪਣਾ ਆਫਰ ਲੈਟਰ ਤੁਸੀਂ ਅਪਲਾਈ ਕਰੋ ਔਰ ਆਪਣੇ ਕੀਮਤੀ ਸਮੇਂ ਨੂੰ ਬਚਾਓ। ਹੁਣ ਜਿਹੜਾ ਤੁਸੀਂ ਕੰਮ ਕਰੋਗੇ ਆਉਣ ਵਾਲੀ ਸਾਰੀ ਲਾਈਫ ਤੁਹਾਡੀ ਉਸਤੇ ਡਿਪੈਂਡ ਹੈ। ਸੋ ਆਪਣੇ ਡਿਸੀਜਨ ਜਲਦ ਤੋਂ ਜਲਦ ਲਓ। ਜੀ। ਸੋ ਦੇਰੀ ਨਾ ਕਰੋ ਔਰ ਜਲਦੀ ਜਿਹੜਾ ਆਪਣਾ ਵੀਜ਼ਾ ਅਪਲਾਈ ਕਰ ਲਓ। ਤੁਹਾਨੂੰ ਦੱਸ ਦਿੱਤਾ ਹੈ ਕਿ ਜਿੱਤੇ ਜਿੱਤੇ ਤੁਸੀਂ ਵਿਜ਼ਿਟ ਬੱਚਿਆਂ ਤੱਕ ਸਹੀ ਤਰੀਕੇ ਨਾਲ ਪਹੁੰਚ ਪਾਈਏ ਔਰ ਸਹੀ ਤਰੀਕੇ ਨਾਲ ਬੱਚੇ ਅੱਗੇ ਚੱਲਣਗੇ ਕੀ ਚਾਂਸੇ ਦੇ ਵਿੱਚ ਨਾਉਣ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਟੂਡੀਓ ਦੇ ਵਿੱਚ ਆਉਣ ਦੇ ਲਈ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਇਸੇ ਤਰ੍ਹਾਂ ਹੋਰ ਵੀ ਅਸ਼ੋਅ ਲੈ ਕੇ ਤੁਹਾਨੂੰ ਮਿਲਦੇ ਰਹਾਂਗੇ ਸਹੀ ਤਰ੍ਹਾਂ ਦੀ ਜਾਣਕਾਰੀ ਲੈਂਦੇ ਦਿੰਦੇ ਰਹਿਾਂਗੇ ਸੋ ਜੁੜੇ ਰਹੋ ਸਾਡੇ ਨਾਲ ਵੈਕਟਰੋ ਲਿਵਿੰਗ ਇੰਟਰਵਿਊਸ ਮਿਲਦੇ ਆ ਅਗਲੇ ਸ਼ੋਅ ਦੇ ਵਿੱਚ ਮਿਲਦੇ ਆ ਗਿਆ ਸਸਰੀਆਕਰ ਧੰਨਵਾਦ